ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਿਲਜੋਤ ਪਰਮਾਰ। ਹਾਂਜੀ ਦੋਸਤੋ, ਕੀ ਕੀ ਚਾਹੀਦਾ? ਚਾਹੀਦਾ ਸਾਇੰਸ ਦੇ ਪਿਛਲੇ ਸਾਲ ਦੇ ਪੇਪਰ ਚਾਹੀਦੇ ਆ ਮਜ਼ੂਕੀ ਜਾਣ। ਤੇ ਅੱਜ ਦੀ ਵੀਡੀਓ 'ਚ ਅਸੀਂ ਸੋਲਵ ਕਰਾਂਗੇ ਜੀ ਪਿਛਲੇ ਸਾਲ ਦੇ 2023, 2016, 2017, 2018, 2019 ਇਹਨਾਂ ਦੇ ਜੀ ਆਪਾਂ ਸਾਇੰਸ ਦੇ ਕਰਾਂਗੇ ਜੀ ਕੁਸ਼ਚਨ ਆਨਸਰ ਸੋਲਵ, ਠੀਕ ਹੈ। ਸਾਇੰਸ ਦੇ ਤੇ ਬਹੁਤ ਸਾਰਾ ਪੇਪਰ ਆ ਜਾਂਦਾ ਜੀ ਪਿਛਲੇ ਸਾਲਾਂ ਦੇ ਪੇਪਰ 'ਚੋਂ, ਠੀਕ ਹੈ। ਸੋ ਕਰਦੇ ਹਾਂ ਜੀ ਸਟਾਰਟ ਸਾਰਾ ਕੰਮ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ 2023 ਦਾ ਜਿਹੜਾ ਪਿਛਲੇ ਸਾਲ ਹੋਇਆ ਉਹਦਾ ਕਰਾਂਗੇ ਜੀ। ਅਤੇ ਥੋੜ੍ਹਾ ਜਿਹਾ ਕਿ ਆਪਣਾ ਪੈਟਰਨ ਵੀ ਚੇਂਜ ਹੋ ਗਿਆ ਵਾ, ਇਹ ਆਪਾਂ ਤੁਹਾਡੇ ਪ੍ਰੀ ਬੋਰਡ ਦੇ ਪੇਪਰ ਤੋਂ ਥੋੜ੍ਹਾ ਜਿਹਾ ਪੈਟਰਨ ਲਵਾਂਗੇ ਕਿਉਂਕਿ ਬਲਿਊ ਪ੍ਰਿੰਟ ਐਤਕੀ ਆਇਆ ਨੀਗਾ ਸਾਇੰਸ ਦਾ। ਚਲੋ ਕਰਦੇ ਹਾਂ ਜੀ ਵੀਡੀਓ ਸਟਾਰਟ। 80 ਨੰਬਰ ਦਾ ਤੁਹਾਡਾ ਪੇਪਰ ਹੋਊਗਾ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, 3 ਘੰਟੇ ਹੋਣਗੇ ਜੀ ਪੇਪਰ ਦੇਣ ਨੂੰ। ਸੋ ਸਭ ਤੋਂ ਪਹਿਲਾਂ ਆ ਜੂਗੇ ਜੀ ਆਪਣੇ ਕੁਸ਼ਚਨਸ। ਪਿਛਲੇ ਸਾਲ ਦੇ ਪੇਪਰ ਸੋਲਵ ਕਰਨ ਤੋਂ ਪਹਿਲਾਂ ਆਪਾਂ ਪ੍ਰੀ ਬੋਰਡ ਦਾ ਪੇਪਰ ਦੇਖ ਲੈਂਦੇ ਹਾਂ, ਠੀਕ ਹੈ, ਜੋ ਕਿ ਤੁਹਾਡਾ ਮੋਡਲ ਟੈਸਟ ਪੇਪਰ ਵੀ ਹੈ ਇੱਕ ਤਰ੍ਹਾਂ ਦਾ। ਸੋ ਇਹਦੇ ਵਿੱਚ ਆਪਾਂ ਸਾਰਾ ਪੈਟਰਨ ਦੇਖ ਲੈਂਦੇ ਹਾਂ ਤੁਹਾਡਾ ਕਿਵੇਂ ਆ ਅਤੇ ਇਹ ਸੋਲਵ ਕੀਤਾ ਹੋਇਆ, ਠੀਕ ਹੈ। ਇਹਦੇ ਵਿੱਚੋਂ ਵੀ ਬਹੁਤ ਸਾਰੇ ਕੁਸ਼ਚਨਸ ਨਿਕਲ ਸਕਦੇ ਨੇ। ਸੋ ਜਿਵੇਂ ਤੁਸੀਂ ਇਹਦੇ ਵਿੱਚ ਇੱਕ ਇੱਕ ਨੰਬਰ ਵਾਲੇ ਕੁਸ਼ਚਨਸ ਯਾਦ ਕਰ ਲਿਓ, ਸਾਰੇ ਚੈਪਟਰਸ ਦੇ ਇੱਕ ਇੱਕ ਨੰਬਰ ਵਾਲੇ ਤਾਂ ਯਾਦ ਹੀ ਕਰ ਲਿਓ, ਠੀਕ ਹੈ। ਸੋ ਇਹਦਾ ਤਾਂ ਤੁਹਾਨੂੰ ਪਤਾ ਹੀ ਹੋਗਾ ਕਿਵੇਂ ਲਿਖਣਾ ਵਾ, ਪਹਿਲਾਂ ਨੰਬਰ ਪਾ ਕੇ ਲਿਖ ਦੇਣੇ ਆ, ਜਿੰਨੇ ਵੀ ਹੈਗੇ ਆ ਫਿਰ ਉਹਦਾ ਆਨਸਰ ਲਿਖ ਦੇਣੇ ਆ, ਠੀਕ ਹੈ। ਸੋ ਇਹ ਸਾਰੇ ਤੁਸੀਂ ਚੈੱਕ ਕਰ ਲਓ ਕਿਹੜੇ ਕਿਹੜੇ ਆ ਖਿੱਚਣ ਯੋਗ ਵਗੈਰਾ ਵਗੈਰਾ, ਕੀ ਉਦਾ ਸੀਨ ਦੀ ਘੋਲ ਦੀ ਆ, ਠੀਕ ਹੈ। ਸੋ ਇਹਦੇ ਨਾਲ ਨਾਂ ਨੂੰ ਚੈੱਕ ਆਊਟ ਕਰ ਲਿਓ ਸਾਰੇ, ਠੀਕ ਹੈ। ਤੇ ਇਹਦੇ ਚ ਤੁਹਾਨੂੰ ਥੋੜੀ ਜਿਹੀ ਕੁਆਲਿਟੀ ਘੱਟ ਦੇਖਣ ਨੂੰ ਮਿਲੂਗੀ। ਸਾਰੇ ਸੋ ਦੋਸਤੋ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕੀਤਾ ਜਾਊਗਾ ਕਮੈਂਟ ਸੈਕਸ਼ਨ ਵਿੱਚ, ਉਹ ਤੁਸੀਂ ਜਾ ਕੇ ਦੇਖ ਲਿਓ, ਠੀਕ ਹੈ। ਉਹ ਜੀ ਕੁਆਲਿਟੀ ਥੋੜੀ ਜਿਹੀ ਵਧੀਆ ਹੋਊਗੀ, ਬਟ ਮੈਂ ਤੁਹਾਨੂੰ ਬੋਲ ਦੂੰਗਾ ਇਹਦੇ ਵਿੱਚ ਵਾਲੇ ਤੁਹਾਨੂੰ ਕੁਆਲਿਟੀ ਠੀਕ ਲੱਗਣਾ। ਚਲੋ ਦੋਸਤੋ ਕਰਦੇ ਹਾਂ ਵੀਡੀਓ ਸਟਾਰਟ। ਰੁਕਣੀ ਵਰਦ। ਸੋ ਹੁਣ ਦੇਖਦੇ ਹਾਂ ਨੈਕਸਟ, ਸਾਰੇ ਦੇਖੀ ਚਲੋ, ਠੀਕ ਹੈ। ਤੇ ਚੰਦਰਮਾ ਤਾਂ ਦੇਖਣ ਤੇ ਆਸਮਾਨ ਦਾ ਰੰਗ ਕਿਹੋ ਜਿਹਾ ਹੋਵੇਗਾ? ਕਾਲਾ, ਕਿਉਂਕਿ ਉੱਥੇ ਆਕਸੀਜਨ ਨਹੀਂ ਹੋਏਗੀ। ਓਜ਼ੋਨ ਦਾ ਅਣਵੀ ਸੂਤਰ ਕੀ ਹੁੰਦਾ ਜੀ? O3, ਠੀਕ ਹੈ। ਸੋ ਇਹ ਸਾਰਾ ਤੁਸੀਂ ਚੈੱਕਆਊਟ ਕਰ ਲਿਓ, ਇਹ ਆਪਾਂ ਸੋਲਵ ਕੀਤਾ ਹੋਇਆ ਵਾ। ਜੇ ਤੁਸੀਂ ਇਹਦੀ ਵੀਡੀਓ ਦੇਖਣੀ ਆ, ਤੁਸੀਂ ਪ੍ਰੀ ਬੋਰਡ 10th ਕਲਾਸ ਸਾਇੰਸ ਦਾ ਪੇਪਰ ਲਿਖ ਕੇ ਸਰਚ ਕਰ ਦਿਓ, ਆ ਜੂਗੀ, ਠੀਕ ਹੈ। ਸੋ ਮੇਰੇ ਚੈਨਲ ਦੀ ਹੋਊਗੀ। ਅਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਆਜੂਗੀ ਜੀ ਕੋਲਮ, ਕੋਲਮ ਆਜੂਗੀ ਜੀ ਤੁਹਾਨੂੰ 5 ਨੰਬਰਾਂ ਦੀ ਹੋਊਗੀ ਸਾਈਡ, ਠੀਕ ਹੈ। 25 ਨੰਬਰ ਹੋ ਜਾਣਗੇ ਮੇਰੇ ਹਿਸਾਬ ਨਾਲ ਇੱਥੇ ਹੀ ਤੁਹਾਡੇ। ਇੱਕ ਕੋਲਮ ਆਊਗੀ ਹਾਊਗੀ, ਠੀਕ ਹੈ, ਕਿਉਂਕਿ ਪ੍ਰੀ ਬੋਰਡ 'ਚ ਵੀ ਆ ਤੁਹਾਡੇ ਜਿਹੜਾ ਹੋਇਆ ਸੀ ਤੁਹਾਡਾ ਪ੍ਰੀ ਬੋਰਡ, ਅਤੇ ਆ ਮੋਡਲ ਟੈਸਟ ਪੇਪਰ 'ਚ ਵੀ ਆ। ਅਤੇ ਇਹਨਾਂ ਦੀ ਆਪਣੀ ਦੇਖ ਲਿਓ ਕਿਵੇਂ ਮੈਚ ਆ, ਠੀਕ ਹੈ। ਇੱਕ ਇੱਕ ਨੰਬਰ ਵਾਲੇ ਤਾਂ ਤੁਸੀਂ ਮੈਨੂੰ ਪਤਾ ਹੀ ਹੈ ਕਰ ਹੀ ਲੜੇ ਆ, ਠੀਕ ਹੈ। ਉਸ ਤੋਂ ਬਾਅਦ ਆ ਜਾਣਗੇ ਜੀ ਆਪਣੇ 2 ਨੰਬਰਾਂ ਵਾਲੇ, ਅਤੇ ਫੇਫੜਿਆਂ ਵਿੱਚ ਐਲਵੀ ਦੇ ਕੰਮ ਦੀ ਤੁਲਨਾ ਗੁਰਦਿਆਂ ਨਾਲ ਨੈਫਰੋਨ ਕੀ ਨਹੀਂ ਆਉਂਦੀ ਆ। ਇੱਕ ਆਪਾਂ ਕੁਸ਼ਚਨਸ ਦੇਖ ਰਹੇ ਹਾਂ, ਠੀਕ ਹੈ, ਕਿਹੜੇ ਕਿਹੜੇ ਇੰਪੋਰਟੈਂਟ ਆ। ਸੋ ਇਹ ਮੋਡਲ ਟੈਸਟ ਪੇਪਰ ਆ, ਮੋਡਲ ਟੈਸਟ ਪੇਪਰ 'ਚੋਂ ਇੱਕ ਅੱਧਾ 2-3 ਕੁਸ਼ਚਨ ਤਾਂ ਚੱਕ ਹੀ ਲੈਂਦੇ ਆ। ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਕਿਉਂ ਸਾਫ਼ ਕੀਤਾ ਜਾਂਦਾ? ਇੰਪੋਰਟੈਂਟ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਚੌਥਾ ਕੁਸ਼ਚਨ ਆ ਜੂਗਾ ਜੀ ਆਪਣੇ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਦੀਆਂ ਖੱਟੀਆਂ ਵਗੈਰਾ ਵਸਤੂਆਂ ਕਿਉਂ ਨਹੀਂ ਰੱਖਣੀ ਚਾਹੀਦੀ? ਇੰਪੋਰਟੈਂਟ ਹੈ ਜੀ। ਅਤੇ ਹੁਣ ਦੇਖਦੇ ਹਾਂ, ਫਿਰ ਆ ਜਾਣਗੇ ਜੀ ਆਪਣੇ ਕੋਲ ਕੁਸ਼ਚਨਸ, ਜਿਵੇਂ ਸਾਡੇ ਮੈਦੇ ਵਿੱਚ ਐਸਿਡ ਦੀ ਕੀ ਭੂਮਿਕਾ, ਠੀਕ ਹੈ, ਮੋਸਟ ਇੰਪੋਰਟੈਂਟ। ਕਾਰਬਨ ਦੀਆਂ 2 ਵਿਸ਼ੇਸ਼ਤਾ ਦੱਸੋ, ਇਹ ਮੈਨੂੰ ਇੰਨਾ ਨਹੀਂ ਲੱਗਣ ਡਿਆ, ਬਾਕੀ ਚੱਕ ਆਊਟ ਕਰ ਲਿਓ, ਤੁਹਾਨੂੰ ਕਿਆ ਪਤਾ ਆ ਜੇ। ਜਦੋਂ ਐਂਡਰਾਇਨ ਦਾ ਲਹੂ ਰਸਾਓ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਕੀ ਪ੍ਰਤੀਕਿਰਿਆ ਹੁੰਦੀ ਹੈ, ਠੀਕ ਹੈ। ਸੋ ਇਹ ਦੇਖ ਲਿਓ, ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਨ ਵਾਲਾ, ਇਹ ਵੀ ਇੰਪੋਰਟੈਂਟ ਹੈ ਜੀ। ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ, ਇਹ ਵੀ ਇੰਪੋਰਟੈਂਟ ਹੈ ਜੀ। ਮਨੁੱਖੀ ਅੱਖ ਦੀ ਅਨੁਕੂਲਨ ਸਮਰੱਥਾ ਤੋਂ ਕੀ ਭਾਵ ਹੈ ਜੀ? ਇਹ ਵੀ ਇੰਪੋਰਟੈਂਟ ਹੈ ਜੀ। ਚੁੰਬਕੀ ਬਲ ਰੇਖਾਵਾਂ ਦੀ ਵਿਸ਼ੇਸ਼ਤਾ ਦੱਸੋ, ਇਹ ਵੀ ਇੰਪੋਰਟੈਂਟ ਹੈ ਜੀ। ਓਜ਼ੋਨ ਕੀ ਹੈ, ਠੀਕ ਹੈ, ਸੋ ਇਹ ਵੀ ਇੰਪੋਰਟੈਂਟ ਹੈ ਜੀ। ਕਿਹੜੀਆਂ 2 ਗੈਸਾਂ ਪਾਣੀ ਦੇ ਬਿਜਲੀ, ਇਹ ਮੈਨੂੰ ਇੰਨਾ ਇੰਪੋਰਟੈਂਟ ਨਹੀਂ ਲੱਗਿਆ ਜੀ। ਸੋ ਚੌਥਾ ਹੈਗਾ ਜੀ, ਤਾਰੇ ਕਿਉਂ ਟਮਟਮਾਉਂਦੇ ਹਨ? ਇਹਨਾਂ 'ਚੋਂ ਇੱਕ, ਇਹ ਜਿਹੜਾ ਚੈਪਟਰ ਹੈ ਜੀ, ਇਹ 'ਚੋਂ ਇੱਕ ਚੱਕ ਹੀ ਲੈਂਦੇ ਆ ਕਿ ਪੁਲਾੜ ਯਾਤਰੀ ਦਾ ਦੱਸੋ ਜਾਂ ਫਿਰ ਤਾਰੇ 'ਤੇ ਕਿਉਂ ਟਮਟਮਾਉਂਦੇ ਆ। ਸੋ ਇਹ ਕਰ ਲਿਓ ਜੀ। ਸਾਡੇ ਸਰੀਰ ਵਿੱਚ ਹਿਮੋਗਲੋਬਿਨ ਦੀ ਘਾਟ ਦੀ ਕੀ ਉਹ ਹੁੰਦੇ ਆ ਘਾਟ, ਠੀਕ ਹੈ, ਰੰਗ ਪੀਲਾ ਹੋਣ ਲੱਗ ਜਾਂਦਾ ਵਗੈਰਾ ਵਗੈਰਾ, ਠੀਕ ਹੈ। ਸਵੇ ਉਸ ਤੋਂ ਆ ਜਾਣਗੇ ਜੀ ਭਾਗ ਐੜਾ, ਜਿਹਦੇ ਹੋਣਗੇ ਜੀ 3 ਨੰਬਰ ਵਾਲੇ ਕੁਸ਼ਚਨਸ, ਠੀਕ ਹੈ। ਜਿਵੇਂ
ਲੋਹੇ ਦੀ ਮੇਕ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡਬੋਇਆ ਜਾਂਦਾ ਹੈ ਤਾਂ ਕੁਛ ਸਮੇਂ ਬਾਅਦ ਕੀ ਨਿਰੀਖਣ ਹੋਵੇਗਾ। ਇਹ ਸਾਰਾ ਸੋਲਵ ਕੀਤਾ ਪਿਆ ਵਾ, ਠੀਕ ਹੈ। ਤੁਸੀਂ ਬਸ ਵੀਡੀਓ ਖੋਲਣੀ ਆ, ਤੁਸੀਂ ਲਿਖ ਦੇਣਾ ਪ੍ਰੀਵਰਡ ਪੇਪਰ ਦਿਲਜੋਤ ਪਰਮਾਰ ਬਾਈ ਦਿਲਜੋਤ ਪਰਮਾਰ ਲਿਖ ਦਿਓ ਸਾਇੰਸ ਦਾ, ਅਤੇ ਆ ਜੂਗੀ, ਠੀਕ ਹੈ। ਸਾਰਾ ਸੋਲਵ ਕੀਤਾ ਹੋਇਆ ਵਾ, ਚੰਗੀ ਤਰ੍ਹਾਂ ਪੜ੍ਹ ਲਿਓ, ਠੀਕ ਹੈ। ਸੋ ਐਵੇਂ ਤੁਹਾਡੀ ਰਿਵੀਜ਼ਨ ਹੋਊਗੀ। ਸਮਾਜੀ ਸਮਝਾਤੀ ਲੜੀ ਕੀ ਹੁੰਦੀ ਆ, ਉਦਾਹਰਣ ਸਹਿਤ ਲਈ ਵਿਆਖਿਆ ਕਰੋ, ਠੀਕ ਹੈ। ਸੋ ਇਹ ਸਾਰੇ ਆ ਜਾਣਗੇ ਜੀ। ਜੈਵਿਕ ਵਿਧਾਊਕ ਦੀ ਵਿਆਖਿਆ ਕਰੋ, ਇਹ ਵੀ ਇੰਪੋਰਟੈਂਟ ਹੈ ਜੀ, ਚੈੱਕਆਊਟ ਕਰ ਲਿਓ, ਠੀਕ ਹੈ। ਅਤੇ ਉਸ ਤੋਂ ਬਾਅਦ ਆ ਜਾਣਗੇ ਆਪਣੇ ਵੱਡੇ ਕੁਸ਼ਚਨ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਅਤੇ ਪਹਿਲਾਂ ਤਾਂ ਇੱਕ ਉਹ ਸੀਗਾ, ਇੱਕ ਵੱਡੇ ਵਾਲਾ, ਅਤੇ ਫਿਰ ਫੁੱਲ ਦੀ ਲੰਬਾਤਮਕ ਕਾਰਡ ਦਾ ਚਿੱਤਰ। ਫੁੱਲ ਦੀ ਲੰਬਾਤਮਕ ਕਾਰਡ ਦਾ ਤੁਹਾਨੂੰ ਚਿੱਤਰ ਆ ਹੀ ਸਕਦਾ ਵਾ, ਠੀਕ ਹੈ। ਸੋ ਜ਼ਿਆਦਾਤਰ ਹੈਗਾ ਵਾ, ਇੱਕ ਹੋਰ ਹੁੰਦਾ ਵਾ, ਦੋ ਚਿੱਤਰ ਹੋਰ ਨੇ। ਫੁੱਲ ਦੀ ਲੰਬਾਤਮਕ ਕਾਰਡ ਦਾ ਚਿੱਤਰ ਮੋਸਟ ਇੰਪੋਰਟੈਂਟ ਆ, ਤੁਹਾਨੂੰ ਆਉਣ ਦੇ ਫੁੱਲ ਹੀ ਚਾਂਸਸ ਆ, ਠੀਕ ਹੈ। ਜਿਵੇਂ ਮੈਂ ਧਾਤਾਂ ਅਤੇ ਧਾਤਾਂ ਵਿੱਚ ਅੰਤਰ ਦੱਸ ਦਿੰਦਾ, ਇਹ ਹੈਗਾ ਜੀ, ਇਹਦੇ ਬਹੁਤ ਇੰਪੋਰਟੈਂਟ ਆ ਜੀ, ਇਹ ਆ ਹੀ ਸਕਦਾ, ਆ ਹੀ ਸਕਦਾ, 99% ਹੀ ਚਾਂਸ ਆ ਕਿ ਇਹੀ ਆਊਗਾ, ਠੀਕ ਹੈ। ਸੋ ਓਹਮ ਦਾ ਨਿਯਮ, ਓਹਮ ਦਾ ਨਿਯਮ ਵੀ ਬਹੁਤ ਇੰਪੋਰਟੈਂਟ ਆ, ਪਿਛਲੀ ਵਾਰ ਨਹੀਂ ਆਇਆ, ਐਤਕੀ ਆ ਸਕਦਾ ਵਾ। ਸੋ ਇਹ ਬਿਜਲੀ ਵਾਲੇ ਚੈਪਟਰ 'ਚੋਂ ਆ, ਸੋ ਇਹਦੇ ਦੋ ਆਪਸ਼ਨਾਂ ਮਿਲ ਜਾਣਗੀਆਂ ਤੁਹਾਨੂੰ, ਠੀਕ ਹੈ, ਜੇ ਤੁਹਾਨੂੰ ਓਹਮ ਦਾ ਨਿਯਮ ਨਹੀਂ ਕਰਨਾ ਜਾਂ ਹੋਰ ਕੋਈ ਕੁਸ਼ਚਨ ਆ ਗਿਆ। ਸੋ ਉਹਦੀਆਂ ਦੋ ਮਿਲ ਜਾਣਗੀਆਂ ਆਪਾਂ ਨੂੰ ਚੋਇਸਿਸ, ਆਪਾਂ ਉਹ ਕਰ ਸਕਦੇ ਹਾਂ, ਤਾਂ ਤੁਸੀਂ ਦੇਖ ਲਿਓ, ਠੀਕ ਹੈ। ਹੁਣ ਦੇਖ ਲੈਂਦੇ ਜੀ ਅਸੀਂ ਤੁਹਾਡਾ ਪੱਕਾ ਪ੍ਰੀ ਬੋਰਡ ਪੇਪਰ ਜੋ ਕਿ ਤੁਹਾਨੂੰ ਆਇਆ ਸੀ, ਠੀਕ ਹੈ। ਇੱਕ ਲਾਲ ਲਿਟਮਸ ਕੋਲ ਨੂੰ ਨੀਲਾ ਕਰ ਦਿੰਦਾ ਹੈ, ਠੀਕ ਹੈ, ਇਹਦੀ PH ਕਿੰਨੀ ਹੋਊਗੀ, ਠੀਕ ਹੈ। ਆਈ ਥਿੰਕ ਦੱਸਦਾ ਇਹਦਾ ਆਂਸਰ। ਸੋ ਐਵੇਂ ਹੀ ਤੁਹਾਨੂੰ ਕੁਸ਼ਚਨ ਆਂਸਰ ਇੱਕ ਇੱਕ ਨੰਬਰ ਵਾਲੇ ਯਾਦ ਕਰ ਲੈਣੇ ਨੇ, ਠੀਕ ਹੈ। ਸੋ ਇਹ ਸਾਰਾ ਤੁਸੀਂ ਚੈੱਕਆਊਟ ਕਰ ਲਿਓ, ਠੀਕ ਹੈ, ਕੀ ਆਂਸਰ ਨੇ। ਸੋ ਜਦੋਂ ਤੇਜ਼ਾਬ ਅਤੇ ਖਾਰ ਦੀ ਕਿਰਿਆ ਹੁੰਦੀ ਹੈ ਤਾਂ ਕੀ ਬਣਦਾ, ਠੀਕ ਹੈ। ਸੋ ਇਹ ਸਾਰਾ ਕੁਛ ਤੁਸੀਂ ਚੈੱਕ ਕਰ ਲੈਣਾ ਵਾ, ਇੱਕ ਇੱਕ ਨੰਬਰ ਵਾਲੀ, ਮੈਂ ਤਾਂ ਕਹਿੰਦਾ ਸਾਰੀ ਚੈਪਟਰ 'ਚੋਂ ਚੱਕ ਲਿਓ। ਅਤੇ ਆਹ ਜਿਹੜਾ ਇਹਦਾ ਨਾਂ ਕੀ ਆ, ਇਹਦਾ ਨਾਮ ਮੈਨੂੰ ਫਲੋਇਮ ਲੱਗਦਾ, ਬਾਕੀ ਤੁਸੀਂ ਦੇਖ ਲਿਓ, ਜਾਇਲਮ ਵੀ ਮੈਨੂੰ ਲੱਗਣ ਡਿਆ ਵਾ। ਸੋ ਇਹ ਮੈਂ ਦੇਖਿਆ ਹੋਇਆ, ਇਹ ਤੁਸੀਂ ਪ੍ਰੀ ਬੋਰਡ 2023 ਵਾਲਾ ਜਦੋਂ ਸਰਚ ਕਰੋਗੇ ਮੇਰੀ ਵੀਡੀਓ ਆਊਗੀ, ਉਹਦੇ ਵਿੱਚ ਇਹ ਮੈਂ ਕੀਤਾ ਹੋਇਆ ਸੋਲਵ, ਠੀਕ ਹੈ। ਸੋ ਇਹ ਸਾਰਾ ਕੁਛ ਆ ਜੂਗਾ ਜੀ ਆਪਣਾ, ਅਤੇ ਤੁਹਾਨੂੰ ਇੰਨਾ ਕੁ ਆਂਸਰ ਉਂਸਰ ਪਤਾ ਹੀ ਹੋਣਾ, ਆਈ ਨੋ। ਅਤੇ ਆਪਾਂ ਦੇਖਦੇ ਹਾਂ ਹੁਣ ਸਿੱਧਾ ਨੀਚੇ ਜਾ ਕੇ, ਫਿਰ ਉਸ ਤੋਂ ਬਾਅਦ ਜਾਣਗੇ ਕੋਈ 11 ਪ੍ਰੇਸ਼ਨ ਕਰੋ ਦੋ ਦੋ ਅੰਕਾਂ ਵਾਲੇ, ਠੀਕ ਹੈ। ਉਦੀਸ ਕਰਨ ਕੀ ਤੋਂ ਕੀ ਭਾਵ ਹੈ, ਠੀਕ ਹੈ, ਤੁਸੀਂ ਦੇਖ ਲਿਓ। ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰੂਬੀ ਨੂੰ ਕਿਉਂ ਸਾਫ਼ ਕੀਤਾ ਜਾਂਦਾ, ਦੇਖ ਲਓ। ਇੱਥੇ ਵੀ ਆ ਗਿਆ ਪ੍ਰੀਬੋਰਡ ਵਾਲੇ 'ਚ, ਮਾਡਲ ਟੈਸਟ ਪੇਪਰ 'ਚ ਵੀ ਇਸ ਵੀ ਸੀ, ਠੀਕ ਹੈ। ਭੋਜਨ ਦੇ ਵਿੱਚ ਲਾਰ ਦੀ ਕੀਮਤਤਾ, ਠੀਕ ਹੈ, ਇੰਪੋਰਟੈਂਟ ਹੈ। ਅਤੇ ਹੋਰ ਦੇਖੀ ਚਲੋ, 6ਵਾਂ ਕੁਸ਼ਚਨ ਦੇਖ ਲਓ, 7ਵਾਂ ਕੁਸ਼ਚਨ ਦੇਖ ਲਓ। 7ਵਾਂ ਕੁਸ਼ਚਨ 'ਚ ਆਪਣੇ ਕੋਲ ਆਜੂਗਾ ਜੀ ਨੈਫਰੋਨ। ਨੈਫਰੋਨ ਜਿਹੜੀ ਹੈਗੀ ਆ, ਇਹ ਵੀ ਬਹੁਤ ਇੰਪੋਰਟੈਂਟ ਹੈ। ਇਹਦਾ ਆ ਜਾਂਦਾ ਹੁੰਦਾ ਕਿ ਨੈਫਰੋਨ ਬਣਾਓ, ਨੈਫਰੋਨ ਦਾ ਚਿੱਤਰ ਭਰੋ, ਠੀਕ ਹੈ। 3 ਨੰਬਰਾਂ 'ਚ ਆ ਜਾਂਦਾ ਹੁੰਦਾ, ਇਹਦੇ ਵਿੱਚ ਭਾਗ ਭਰਨ ਨੂੰ ਕਿਹਾ ਹੋਇਆ ਜੀ, ਸਾਰੇ ਦੇਖ ਲਿਓ। ਮਨੁੱਖ ਵਿੱਚ ਭਰੂਣ ਦੇ ਲਿੰਗ ਨਿਧਾਰਨ, ਠੀਕ ਹੈ, ਦੇਖ ਲਓ, ਇੰਪੋਰਟੈਂਟ ਹੈ। ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਦੀ ਆਵਾਜਾਈ ਕਿਉਂ ਕਰਦੇ ਹਾਂ ਵੀ, ਸਾਡੇ ਮੈਦੇ ਵਿੱਚ ਤੇਜ਼ਾਬ ਦੀ ਕੀਮਤਤਾ, ਠੀਕ ਹੈ, ਇਹ ਵੀ ਆਇਆ ਹੋਏਗਾ ਜੀ ਆਪਣੇ ਮੋਡਲ ਟੈਸਟ ਪੇਪਰ 'ਚ। 2 ਚੁੰਬਕੀ ਵੱਲ ਰੇਖਾਵਾਂ, ਇਹ ਵੀ ਇੰਪੋਰਟੈਂਟ ਹੈ ਜੀ, ਠੀਕ ਹੈ। ਸੋ ਜਿਹੜੇ ਜਿਹੜੇ ਪੇਪਰ 'ਚ ਆ ਰਹੇ ਹਨ, ਇੰਪੋਰਟੈਂਟ ਹੈ, ਮੈਂ ਕਿਹੜੇ ਕਿਹੜੇ ਦੱਸਦਾ। ਇਹ ਮੈਂ ਇੱਕ ਆਹ ਟਿਮਟਮਾਉਂਦੇ ਕਿਉਂ ਆਕਾਸ਼ ਰੰਗ ਨੀਲਾ ਕਿਉਂ, ਠੀਕ ਹੈ, ਇੱਕੋ ਚੈਪਟਰ 'ਚ ਇਹੋ ਜਿਹੇ ਆ ਜਾਂਦੇ ਹੁੰਦੇ ਆ। ਉਸ ਤੋਂ ਬਾਅਦ 3 ਨੰਬਰਾਂ ਵਾਲੇ ਕੁਸ਼ਚਨ ਸਮੀਕਰਨ ਬਾਰੇ ਦੱਸਣਾ ਜੀ। ਅਤੇ ਫਿਰ ਉਸ ਤੋਂ ਬਾਅਦ ਆਹ ਦੇਖ ਲਓ, ਮਨੁੱਖੀ ਦਿਮਾਗ ਦਾ ਰੇਖ ਚਿੱਤਰ ਬਣਾਓ, ਦਿਮਾਗ ਦਾ ਰੇਖ ਚਿੱਤਰ ਵੀ ਆ ਜਾਂਦਾ, ਦੇਖ ਲਓ। ਦੂਰ ਦ੍ਰਿਸ਼ਟੀ ਦੋਸ਼ ਕੀ ਹੈ, ਠੀਕ ਹੈ, 2023 ਦੇ ਵਿੱਚ ਵੀ ਆਇਆ ਸੀਗਾ। ਸੋ ਹੁਣ ਮੈਂ ਤੁਹਾਨੂੰ ਸਾਰੇ ਦਿਖਾਉਂਦਾ। ਓਜ਼ੋਨ ਕੀ ਹੈ, ਠੀਕ ਹੈ, ਇਹ ਵੀ ਇੰਪੋਰਟੈਂਟ ਹੈ। ਇਹ ਆਪਾਂ ਨੂੰ ਹੁਣੀ ਆਇਆ ਸੀਗਾ, ਉਹਦੇ 'ਚ ਕੀ ਨਾਮ ਆ ਮੋਡਲ ਟੈਸਟ ਪੇਪਰ 'ਚ। ਸਮਝਾਤੀ ਲੜੀ ਕੀ ਹੈ, ਉਦਾਹਰਣ ਦੇ ਕੇ ਸਮਝਾਓ, ਇਹ ਵੀ ਇੰਪੋਰਟੈਂਟ ਹੈ ਜੀ। ਸੋ 5 ਨੰਬਰਾਂ ਵਾਲੇ 'ਚ ਦੇਖ ਲੈਂਦੇ ਹਾਂ ਜੀ। 5 ਨੰਬਰਾਂ ਵਾਲੇ 'ਚ ਆ ਜੀ, ਮਾਂ ਦੇ ਸਰੀਰ ਤੋਂ ਭਰੂਣ ਪੋਸ਼ਣ ਕਿਵੇਂ ਕਰਦਾ, ਠੀਕ ਹੈ, ਫੁੱਲ ਦਾ ਲੰਬਾਤਮਿਕ ਕਾਰਡ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਉਹ ਵੀ ਕੁਸ਼ਚਨ ਕਰ ਸਕਦੇ ਹੋ, ਕੀ ਨਾਮ ਆ ਉਹਦਾ, ਪਿਊਬਰਟੀ ਵਾਲਾ, ਠੀਕ ਹੈ। ਸੋ ਨੈਕਸਟ ਆਜੂਗਾ ਜੀ
ਫੁੱਲ ਦੀ ਲੰਬਾਤਮੀ ਕਾਰਡ ਦਾ ਕਿ ਚਤੁਰਵਾਉ ਜਾਂ ਮਹਾਵਾਰੀ ਕੀ ਹੁੰਦੀ ਹੈ, ਠੀਕ ਹੈ। ਸੋ ਨੈਕਸਟ ਕਰਦੇ ਹਾਂ, ਧਾਤਾਂ ਅਤੇ ਧਾਤਾਂ ਵਿੱਚ ਅੰਤਰ ਦੱਸੋ, ਠੀਕ ਹੈ। ਇਹ ਤੁਹਾਨੂੰ ਮੈਂ ਕਿਹਾ ਹੋਇਆ ਨਾ, ਆਊਗਾ ਹੀ ਆਊਗਾ। ਸੋ ਦੇਖ ਲਿਓ, ਓਹਮ ਦਾ ਨਿਯਮ ਕੀ ਹੈ, ਚਿੱਤਰ ਬਣਾ ਕੇ ਦੱਸੋ ਜਾਂ ਫਿਰ ਆਪਣੇ ਕੋਲ ਆ ਜਾਂਦਾ ਵਾ ਨੀਚੇ। ਸੋ ਇੱਥੇ ਹੁੰਦਾ ਜੀ ਆਹ ਪੇਪਰ ਆਪਣੇ ਖਤਮ। ਹੁਣ ਕਰਦੇ ਹਾਂ ਜੀ ਆਪਾਂ ਪ੍ਰੀਵੀਅਸ ਈਅਰ ਵਾਲੇ। ਸੋ 2023 ਵਾਲੇ ਦੇ ਆਂਸਰ ਦੇਖ ਲਓ। ਸਭ ਤੋਂ ਪਹਿਲਾਂ ਆਜੂਗਾ ਜੀ, ਭੋਜਨ ਰੱਖਣ ਵਾਲੇ ਕੈਨਾਂ ਨੂੰ ਟੀਨ ਦੀ ਡਾਲ ਕੀਤੀ ਜਾਂਦੀ ਹੈ, ਜਿੰਕ ਦੀ ਨਹੀਂ, ਕਿਉਂਕਿ ਜਿੰਕ ਟੀਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੁੰਦੇ ਨੇ। ਸੋ ਨੈਕਸਟ ਦੇਖਦੇ ਹਾਂ, ਬੂਟੇਨ 4 ਕਾਰਬਨ ਯੋਗਿਕ ਹੁੰਦਾ ਹੈ, ਜਿਸਦਾ ਕਾਰਤਮਕ ਇਹ 2023 ਦਾ, ਠੀਕ ਹੈ। ਕੀਟੋਨ ਫਿਰ ਆਪਾਂ ਕਰਾਂਗੇ ਜੀ 2016, ਫਿਰ 2017, ਫਿਰ 2018, ਫਿਰ 2019, ਅਤੇ ਇੱਥੇ ਕਰਾਂਗੇ ਆਪਣਾ ਪੇਪਰ ਖਤਮ। ਆਧੁਨਿਕ ਵਰਤੀ ਸਾਰਨੀ ਦਾ ਅਧਿਕਾਰ, ਠੀਕ ਹੈ, ਪਰਮਾਣੂ ਪੁੰਜ ਨੂੰ ਕਿਹਾ ਜਾਂਦਾ ਵਾ। ਅਤੇ ਨੈਕਸਟ ਆਜੂ ਜੀ ਪਰਮਾਣੂ ਪੁੰਜ, ਪਤਾ ਨਹੀਂ ਆਹ ਸੀ ਪਰਮਾਣੂ ਸੰਖਿਆ, ਪਤਾ ਨਹੀਂ ਪਰਮਾਣੂ ਪੁੰਜ ਜ਼ਿਆਦਾਤਰ ਮੈਨੂੰ ਲੱਗ ਰਿਹਾ। ਪੌਦਿਆਂ ਵਿੱਚ ਜਾਇਲਮ ਦਾ ਕੀ ਕੰਮ ਆ, ਠੀਕ ਹੈ, ਪਾਣੀ ਦਾ ਪ੍ਰਵਹਿਣ ਕਰਨਾ। ਨੈਕਸਟ ਆ ਜੀ, ਹੇਠਾਂ ਦਿੱਤੇ ਵਿੱਚ ਕਿਹੜਾ ਪੌਦਾ ਹਾਰਮੋਨ ਹੈ, ਠੀਕ ਹੈ, ਸਾਈਟੋਕਾਇਨਿਨ। ਨੈਕਸਟ ਦੇਖਦੇ ਹਾਂ ਜੀ, ਨੈਫਰੋਨ ਫਿਲਟੀਕਰਨ ਇਕਾਈਆਂ ਵਿੱਚ ਹੁੰਦੀ ਹੈ, ਠੀਕ ਹੈ, ਗੁਰਦੇ ਵਿੱਚ। ਨੈਕਸਟ ਦੇਖਦੇ ਹਾਂ, ਨੈਕਸਟ ਆ ਗਿਆ ਜੀ, ਨਰ ਵਿੱਚ ਪਾਇਆ ਜਾਣ ਵਾਲਾ ਲਿੰਗੀ ਸੂਤਰ ਕਿਹੜਾ, ਐਕਸ ਵਾਈ, ਠੀਕ ਹੈ। ਅਤੇ ਨੈਕਸਟ ਆਜੂ ਜੀ, ਮੈਡਲ ਨੇ ਅਨੁਸ਼ਵਿਕਸ਼ਾ ਦਾ ਅਧਿਐਨ ਕਿਸ ਪੌਦੇ ਨਾਲ ਕੀਤਾ, ਡੀ, ਠੀਕ ਹੈ, ਕਿਹੜਾ ਸੀ, ਮਟਰ। ਨੈਕਸਟ ਦੇਖ ਲੈਂਦੇ ਹਾਂ, ਕਿਸੇ ਇੱਕ ਸ਼ਬਦਕੋਸ਼ ਵਿੱਚ ਛੋਟੇ ਅੱਖਰਾਂ ਨੂੰ ਪੜ੍ਹਨ ਲਈ ਤੁਸੀਂ ਕਿਹੜੀ ਦੀ ਵਰਤਾ ਕਰੋਗੇ, ਠੀਕ ਹੈ, 50 ਸੈਂਟੀਮੀਟਰ ਫੋਕਸ ਦੂਰੀ ਦਾ ਇੱਕ ਅਵਤਲ ਲੈਂਸ, ਠੀਕ ਹੈ। ਨੈਕਸਟ ਆਜੂ ਜੀ, ਕਿਸੇ ਉੱਤਲ ਦਰਪਣ ਦਾ ਵਕਰਤਾ ਅਰਧ ਵਿਆਸ 32 ਸੈਂਟੀਮੀਟਰ ਹੈ, ਤਾਂ ਉਸਦੀ ਫੋਕਸ ਦੂਰੀ ਕੀ ਹੋਊਗੀ ਜੀ, 16 ਇਹਦਾ ਅੱਧ, ਠੀਕ ਹੈ। ਨੈਕਸਟ ਦੇਖਦੇ ਹਾਂ ਹੁਣ, ਨੈਕਸਟ ਆਜੂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਬਾਇਓਪੁੰਜ ਦੇ ਸਰੋਤ ਨਹੀਂ ਆ, ਠੀਕ ਹੈ, ਨਿਊਕਲੀਅਰ ਊਰਜਾ ਨਹੀਂ ਹੈਗੀ, ਠੀਕ ਹੈ, ਇਹ ਆਪਾਂ ਨੂੰ ਸ਼ਾਇਦ ਚੈਪਟਰ ਵੀ ਨਹੀਂ ਹੈਗਾ। ਹੁਣ ਹੇਠ ਲਿਖਿਆਂ ਵਿੱਚੋਂ ਕਿਹੜੀ ਮਹਾਸਾਗਰਾਂ ਤੋਂ ਨਿਕਲਣ ਵਾਲੀ ਊਰਜਾ ਹੈ, ਸੋ ਇਹ ਤੁਹਾਨੂੰ ਚੈਪਟਰ ਨਹੀਂ ਹੈਗਾ। ਹੇਠ ਲਿਖਿਆਂ ਵਿੱਚੋਂ ਕਿਹੜਾ ਭੋਜਨ ਲੜੀ ਦਾ ਨਿਰਮਾਣ ਕਰਦਾ, ਘਾਹ, ਬੱਕਰੀ, ਮਨੁੱਖ, ਠੀਕ ਹੈ, ਘਾਹ ਖਾਂਦੀ ਬੱਕਰੀ, ਬੱਕਰੀ ਨੂੰ ਖਾਂਦਾ ਮਨੁੱਖ। ਨੈਕਸਟ ਦੇਖਦੇ ਹਾਂ, ਜੰਗਲਾਂ ਦੀ ਸੁਰੱਖਿਆ ਦੇ ਦਾਅਵੇਦਾਰ ਕੌਣ ਆ, ਠੀਕ ਹੈ, ਇਹ ਸਾਰੇ ਹੀ ਆ, ਸੋ ਉਪਰੋਕਤ ਸਾਰੇ, ਮਤਲਬ ਇਹ ਤੁਹਾਨੂੰ ਚੈਪਟਰ ਹੀ ਨਹੀਂ ਹੈਗਾ, ਠੀਕ ਹੈ। ਸੋ ਇਹ ਕਿਹੜੀ ਕਿਰਿਆ ਹੈਗੀ ਜੀ, ਅਪਘਟਨ ਕਿਰਿਆ। ਕੀੜੀ ਦੇ ਡੰਗ ਵਿੱਚ ਕਿਹੜਾ ਐਸਿਡ ਹੁੰਦਾ, ਠੀਕ ਹੈ, ਮੈਥਾਨਾਈਕਸ ਐਸਿਡ, ਠੀਕ ਹੈ। ਫਿਰ ਉਸ ਤੋਂ ਬਾਅਦ ਯੋਗਿਕ ਦਾ ਸਧਾਰਨ ਨਾਂ ਕੀ ਆ, ਠੀਕ ਹੈ, ਰੰਗ ਘਾਟ। ਨੈਕਸਟ ਦੇਖਦੇ ਹਾਂ ਜੀ, ਸੋ ਇੱਥੇ ਹੋ ਜਾਣਗੇ ਜੀ 17 ਆਉਣਗੇ ਤੁਹਾਨੂੰ, ਵੈਸੇ ਤੁਹਾਨੂੰ 17 ਨਹੀਂ, ਇਸ ਪਿਛਲੀ ਵਾਰ 17 ਹੀ ਸੀ, ਐਤਕੀ ਤੁਹਾਨੂੰ 25 ਆਉਣਗੇ, ਮਤਲਬ 20 ਆਉਣਗੇ ਤੁਹਾਨੂੰ ਐਮ ਸੀ ਕਿਊ ਟਾਈਪ, 25 ਆਉਣਗੇ ਤੁਹਾਨੂੰ ਮਿਲਾਣ ਕਰਨ ਵਾਲੇ, ਠੀਕ ਹੈ। ਦੁੱਧ ਨੰਕਾਂ ਵਾਲੇ ਦੇਖ ਲਓ, ਫਲਾਇੰਗ ਦਾ ਖੱਬਾ ਹੱਥ ਇੰਪੋਰਟੈਂਟ ਹੈ ਜੀ, ਠੀਕ ਹੈ, ਇਹ ਆਉਂਦਾ ਹੀ ਹੁੰਦਾ ਹੈ ਕਈ ਵਾਰ, ਬਾਕੀ ਤੁਹਾਡੀ ਵਾਰ ਕਿਆ ਪਤਾ ਨਾ ਆਵੇ, ਸੋ ਇੰਪੋਰਟੈਂਟ ਹੁੰਦਾ ਹੈ, ਕਰ ਲਿਓ ਯਾਦ। ਬਾਕੀ ਮੈਂ ਤੁਹਾਨੂੰ ਸਾਰਿਆਂ ਦੇ ਆਂਸਰ ਦਿਖਾਉਂਦਾ ਵਾਂ, ਕਿਉਂਕਿ ਮੈਂ ਇੱਕੋ ਯਾਰ ਸਕਰੀਨਸ਼ੋਟ ਮਾਰ ਲਏ ਸੀ, ਹੁਣ ਕੌਣ ਕੌਣ ਵਾਰ ਖੋਲ੍ਹੇ। ਸੋ ਕਿਸੇ ਪਲਾਟ ਯਾਤਰੀ ਨੂੰ ਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਵਾ, ਠੀਕ ਹੈ, ਚੈੱਕਆਊਟ ਕਰ ਲਿਓ, ਮੈਂ ਤੁਹਾਨੂੰ ਸਾਰਾ ਦਿਖਾਉਂਦਾ ਵਾਂ ਜਿੰਨੇ ਮੈਂ ਕੀਤੇ ਆ। ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜ਼ ਦੇਖਣ ਲਈ ਦਰਪਣ ਪਹਿਲ ਕਿਉਂ ਦਿੰਦੇ ਹਾਂ, ਠੀਕ ਹੈ, ਸੋ ਕਿਉਂ ਦਿੰਦੇ ਹਾਂ। ਸੋ ਨੈਕਸਟ ਦੇਖਦੇ ਹਾਂ, ਸਮਜਾਤ ਅਤੇ ਸਮਰੂਪ ਅੰਗਾਂ ਵਿੱਚ ਉਦਾਹਰਣ ਸਹਿਤ ਅੰਤਰ ਦੱਸੋ, ਜਾਂ ਆਯੂਡੀਨ ਲੁਕਤ ਲੂਣ ਦੇ ਉਪਯੋਗ ਦੀ ਸਹੀ ਸਲਾਹ ਕਿਉਂ ਦਿੱਤੀ ਜਾਂਦੀ ਆ, ਕਾਰਨ ਦੱਸੋ ਕਿ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਕਿਉਂ ਰੱਖਿਆ ਗਿਆ ਵਾ, ਠੀਕ ਹੈ, ਜਾਂ ਫਿਰ ਸਮਜਾਤੀ ਲੜੀ ਕੀ ਹੁੰਦੀ ਆ, ਉਦਾਹਰਣ ਦੇਖ ਕੇ ਲਿਖੋ। ਬੇਕਿੰਗ ਸੋਡੇ ਦੇ 2 ਮੁੱਖ ਮਹੱਤਵਪੂਰਨ ਉਪਯੋਗ, ਠੀਕ ਹੈ, ਸਫਾਈ ਦੇ ਕਰਨ ਵਿੱਚ, ਪੇਂਟ ਨੂੰ ਸਾਫ਼ ਕਰਨ ਅਤੇ ਰਸੋਈ ਘਰਾਂ ਦੇ ਵਿੱਚ, ਠੀਕ ਹੈ, ਇਹ 2 ਹੈਗੇ ਆਪਣੇ। ਅਤੇ ਨੈਕਸਟ ਹੈਗਾ ਜੀ, ਦੁਰਗੰਧਤਾ 'ਤੇ ਇੱਕ ਨੋਟ ਲਿਖੋ ਆਪਣੇ ਘਰ ਨੂੰ, ਵਾਤਾਵਰਨ ਨੂੰ, ਇਹ ਤਾਂ ਚਲੋ ਹੈ ਨਹੀਂ, ਇਹ 3 ਕੁਸ਼ਚਨ ਆਪਣੇ ਕੋਲ ਹੈ ਨਹੀਂ, ਕਿਉਂਕਿ ਤੁਹਾਨੂੰ ਐਤਕੀ ਚੈਪਟਰ ਕੱਟ ਕਰਾ ਤੇ ਆ ਵਾਲੇ। ਸੋ ਹੁਣ ਕਰਦੇ ਹਾਂ ਨੈਕਸਟ, ਨੈਕਸਟ ਹੈਗਾ ਜੀ, ਦੂਰ ਦ੍ਰਿਸ਼ਟੀ ਦੋਸ਼, ਠੀਕ ਹੈ, 3 ਨੰਬਰ 'ਚ ਆਜੂਗਾ,
ਚਿੱਤਰ ਦੀ ਸਹਾਇਤਾ ਨਾਲ ਦਰਸਾਓ ਕਿ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ। ਠੀਕ ਹੈ, ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਉਲਟ ਕਿਉਂ ਕਿਹਾ ਜਾਂਦਾ? ਇਹਨਾਂ ਕਿਰਿਆਵਾਂ ਦੀ ਸਮੀਕਰਨ ਬਣਾਓ। ਨੈਕਸਟ ਆ ਜੀ, ਸਾਬਣ ਦੁਆਰਾ ਸਫਾਈ ਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ। ਠੀਕ ਹੈ, ਫਿਰ ਉਸ ਤੋਂ ਬਾਅਦ ਨਾਈਟ੍ਰੋਜਨ ਦਾ ਪਰਮਾਣੂ ਅੰਕ, ਠੀਕ ਹੈ, 2+7 2+5 ਅਤੇ ਫਾਸਫੋਰਸ ਦਾ 2+8+5। ਠੀਕ ਹੈ, ਸੋ ਇਹ ਦੇਖ ਲਿਓ ਅਤੇ ਆਕਸੀ ਸਵਾਸ ਕਿਰਿਆ ਅਤੇ ਅਣਆਕਸੀ ਸਵਾਸ ਕਿਰਿਆ ਵਿੱਚ ਅੰਤਰ ਸਪੱਸ਼ਟ ਕਰੋ। ਇੱਕ ਨੋਰੋਨ, ਠੀਕ ਹੈ, ਇਹ ਹੈਗਾ ਜੀ ਮੋਸਟ ਇੰਪੋਰਟੈਂਟ, ਇਹ ਆ ਹੀ ਜਾਂਦਾ ਹੁੰਦਾ ਵਾ ਅਤੇ ਫਿਰ ਉਸ ਤੋਂ ਕਾਰਜਾਂ ਦਾ ਵਰਣਨ ਕਰਨਾ। ਜੈਵਿਕ ਵਧਗਾਊ ਕੀ ਹੈ, ਠੀਕ ਹੈ, ਇਸ ਦੀ ਦੇਖ ਲਿਓ ਅਤੇ ਫਿਰ ਕਹਾ ਵਾ ਇਹਨੂੰ ਵੀ ਚੈੱਕਆਊਟ ਕਰ ਲਿਓ। ਅਤੇ ਹੁਣ ਦੇਖਦੇ ਹਾਂ ਜੀ ਨੈਕਸਟ, 5 ਨੰਬਰ ਵਾਲੀ ਤੁਸੀਂ ਦੇਖ ਸਕਦੇ ਹੋ, ਜਿਵੇਂ ਪਹਿਲੇ ਤਾਂ ਆਪਣੇ ਕੋਲ ਸਰਕਟ ਵਾਲਾ ਆ ਗਿਆ। ਠੀਕ ਹੈ, ਕਿਸੇ ਚਾਲਕ ਦਾ ਪ੍ਰਤੀਰੋਧ ਕਿਹੜੇ ਕਾਰਕਾਂ 'ਤੇ ਨਿਰਭਰ ਕਰਦਾ ਹੈ? ਸਮੀਕਰਨ ਦੁਆਰਾ ਬਣਤਪ ਦੱਸੋ। ਠੀਕ ਹੈ, ਉਸ ਤੋਂ ਬਾਅਦ ਤਾਤਾਂ ਜਾਂ ਤਾਤਾਂ ਕੀ ਹੁੰਦੀਆਂ? ਠੀਕ ਹੈ, ਆਪਣੇ ਕੋਲ ਆ ਗਿਆ ਸੀਗਾ ਜੀ 3 ਗੁਣ ਦੱਸਣੇ ਸੀਗੇ ਇਹਨਾਂ ਦੇ, ਸੋ ਆਪਾਂ ਦੱਸਦੇ ਸੀਗੇ। ਅਤੇ ਨੈਕਸਟ ਆਜੂਗਾ ਜੀ, ਫੁੱਲ ਦਾ ਲੰਬਾਤਮਿਕ ਕਾਰਡ ਦਾ ਚਿੱਤਰ ਬਣਾ ਕੇ ਦੱਸੋ। ਠੀਕ ਹੈ, ਸੋ ਪਿਛਲੀ ਵਾਰ ਵੀ ਆਇਆ ਸੀ, ਠੀਕ ਹੈ, ਤੁਹਾਨੂੰ ਮੈਂ ਦੱਸਤਾ। ਅਤੇ ਇੱਥੇ ਹੀ ਹੁਣ ਆਪਾਂ ਇਹਨਾਂ ਦੇ ਸਾਰਿਆਂ ਦੇ ਆਂਸਰ ਦੇਖਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ, ਫਲੇਮਿੰਗ ਦਾ ਖੱਬਾ ਹੱਥ ਕੀ ਹੁੰਦਾ? ਠੀਕ ਹੈ, ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ ਅੰਗੂਠੇ ਵਿਚਕਾਰਲੀ ਉਂਗਲੀ ਇਸ ਤਰ੍ਹਾਂ ਫੈਲਾਓ ਕੇ ਤਿੰਨੋਂ ਇੱਕ ਦੂਜੇ ਦੇ ਰੂਪ ਵਿੱਚ ਲੰਬ ਹੋਣ। ਠੀਕ ਹੈ, ਸੋ ਇਹ ਸਾਰਾ ਤੁਸੀਂ ਚੈੱਕਆਊਟ ਕਰ ਲਿਓ। ਨੈਕਸਟ ਦੇਖਦੇ ਹਾਂ, ਨੈਕਸਟ ਹੈਗਾ, ਕਿਸੇ ਪਲਾੜ ਯਾਤਰੀ ਨੂੰ ਆਕਾਸ਼ ਨੀਲਾ ਕਿਉਂ ਦਿਖਾਈ ਦਿੰਦਾ ਵਾ? ਠੀਕ ਹੈ, ਕਿਉਂ ਦਿਖਾਈ ਦਿੰਦਾ ਵਾ? ਬਹੁਤੇ ਉਚਾਈ 'ਤੇ ਹੋਣ ਕਰਕੇ ਪਲਾੜ ਯਾਤਰੀ ਨੂੰ ਉੱਥੇ ਵਾਯੂਮੰਡਲ ਨਹੀਂ ਹੁੰਦਾ, ਇਸ ਕਰਕੇ ਉਸਨੇ ਲੱਗਦਾ ਹੈ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਬੋਲਦਾ, ਬਹੁਤ ਉਚਾਈ 'ਤੇ ਹੋਣ ਕਰਕੇ ਪਲਾੜ ਯਾਤਰੀ ਕੋਈ ਉੱਥੇ ਵਾਯੂਮੰਡਲ ਨਹੀਂ ਹੁੰਦਾ, ਹਵਾ ਦੀ ਗੈਰ ਕਣਾਂ ਦੀ ਕਰਕੇ, ਠੀਕ ਹੈ, ਰੰਗਾਂ ਦਾ ਖਿਡਰਾਓ ਨਹੀਂ ਹੁੰਦਾ, ਇਸ ਕਰਕੇ ਪਲਾੜ ਯਾਤਰੀ ਨੂੰ ਆਕਾਸ਼ ਨੀਲਾ ਕਾਲਾ ਦਿਖਾਈ ਜਾਂਦਾ। ਨੈਕਸਟ ਆ ਜੂ ਜੀ, ਅਸੀਂ ਵਾਹਨ ਉੱਤੇ ਉੱਤਰ ਲੈਂਸ ਦੀ ਦਰਪਣ ਦੀ ਵਰਤੋਂ ਕਿਉਂ ਕਰਦੇ ਹਾਂ? ਇਹ ਚੈੱਕਆਊਟ ਕਰ ਲਿਓ। ਨੈਕਸਟ ਆ ਜੂ, ਸਮਝਾਤ ਅਤੇ ਸਮਰੂਪ ਅੰਗਾਂ ਵਿੱਚ ਉਦਾਹਰਣ ਦੇ ਕੇ ਸਮਝਾਓ। ਅਤੇ ਨੈਕਸਟ ਆ ਜੂ ਜੀ, ਆਇਓਡੀਨ ਲੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਆ? ਅਤੇ ਨੈਕਸਟ ਆ ਜੂ ਜੀ, ਤੁਹਾਡੇ ਵਿਚਾਰ ਅਨੁਸਾਰ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਕਿਉਂ ਰੱਖਿਆ ਗਿਆ ਵਾ? ਠੀਕ ਹੈ, ਸੋ ਇਹ ਦੇਖ ਲਿਓ, ਨੋਬਲ ਗੈਸਾਂ ਜਿਵੇਂ ਹੀਲੀਅਮ, ਨਿਆਨ, ਆਰਗਨ ਆਦਿ ਕਿਰਿਆਸ਼ੀਲ ਗੈਸਾਂ ਹਨ, ਵਾਯੂਮੰਡਲ ਵਿੱਚ ਇਹਨਾਂ ਦੀ ਕੋਈ ਮਾਤਰਾ ਬਹੁਤ ਘੱਟ ਹੈ, ਇਸ ਲਈ ਇਹਨਾਂ ਨੂੰ ਇਕੱਠੇ ਨਹੀਂ ਰੱਖਿਆ ਗਿਆ, ਇਹਨਾਂ ਨੂੰ ਅਲੱਗ ਅਲੱਗ ਗਰੁੱਪ ਵਿੱਚ ਰੱਖਿਆ ਗਿਆ ਹੈ, ਇਹਨਾਂ ਨੂੰ ਜ਼ੀਰੋ ਗਰੁੱਪ ਵੀ ਕਹਿੰਦੇ ਹਨ। ਨੈਕਸਟ ਕਰਦੇ ਹਾਂ ਜੀ, ਨੈਕਸਟ ਆ ਜੀ, ਦੂਰ ਦ੍ਰਿਸ਼ਟੀ ਦੋਸ਼ ਜਾਂ ਦੂਰ ਦ੍ਰਿਸ਼ਟਾ ਵਾਲਾ ਕੋਈ ਵਿਅਕਤੀ, ਠੀਕ ਹੈ, ਉਹ ਵਾਲਾ ਵਾ ਕੁਸ਼ਚਨਸ। ਠੀਕ ਹੈ, ਇਹਦੀ ਸਮੀਕਰਨ ਬਣਾ ਕੇ ਤੁਸੀਂ ਲਿਖ ਸਕਦੇ ਹੋ ਇਹਨੂੰ, ਆਪਾਂ ਅਵਤਲ ਲੈਂਜ਼ ਨਾਲ ਸਹੀ ਕਰ ਸਕਦੇ ਹਾਂ। ਨੈਕਸਟ ਆ ਜੂਗੀ ਜੀ, ਅਪਘਟਨ ਕਿਰਿਆ ਅਤੇ ਸੰਯੋਜਨ ਕਿਰਿਆ, ਅਤੇ ਇਹਦੇ ਆਪਾਂ ਨੂੰ ਸਮੀਕਰਨ ਲਿਖ ਦੇਣੀ ਆ, ਅਤੇ ਇੱਥੇ ਮਿਲ ਜਾਣਗੇ ਆਪਣੇ ਕੋਲ ਕੁਸ਼ਚਨਸ ਦੇ ਆਂਸਰ। ਠੀਕ ਹੈ, ਨੈਕਸਟ ਆ ਜੂ ਜੀ, ਆਪਣੇ ਕੋਲ ਕਿਸੇ ਚਾਲਕ ਦਾ ਪ੍ਰਤੀਰੋਧ ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦਾ ਵਾ? ਇਹ ਤੁਸੀਂ ਚੈੱਕਆਊਟ ਕਰ ਲਿਓ, ਬਸ ਇਹ ਤਾਂ ਸਮੀਕਰਨ ਨਹੀਂ ਹੈਗੀ, ਸਮੀਕਰਨ ਚੈੱਕਆਊਟ ਕਰ ਲਿਓ। ਠੀਕ ਹੈ, ਨੈਕਸਟ ਦੇਖਦੇ ਹਾਂ, ਨੈਕਸਟ ਆ ਜੂ ਜੀ, ਆਪਣੇ ਕੋਲ ਇਹ ਆਕਸੀਜਨ ਨਾਲ ਕਿਰਿਆ ਕਰਕੇ ਆਇਨੀ ਧਾਤਾਂ ਅਤੇ ਧਾਤਾਂ ਵਾਲਾ ਵਾ, ਇਹ ਤੁਹਾਨੂੰ ਯਾਦ ਕਰ ਹੀ ਲੈਣਾ। ਠੀਕ ਹੈ, ਮੇਰੇ ਹਿਸਾਬ ਨਾਲ ਆਊਗਾ ਹੀ ਆਊਗਾ। ਠੀਕ ਹੈ, ਸੋ ਕੀ ਇਹ ਆ ਜੀ, ਇਹ 'ਚ ਹੈਗਾ ਜੀ, ਇਹ ਖਾਰੀ ਆਕਸਾਈਡ ਬਣਾਉਂਦੇ ਆ, ਤੇਜ਼ਾਬੀ ਆਕਸਾਈਡ ਬਣਾਉਂਦੇ ਆ, ਇਹਦੇ ਵਿੱਚ ਚਾਰਜਿਤ ਆਇਨ ਹੁੰਦੇ ਆ, ਰਣਚਾਰਜਿਤ ਆਇਨ ਹੁੰਦੇ ਆ। ਠੀਕ ਹੈ, ਅਤੇ ਨੈਕਸਟ ਆ ਜੂ ਜੀ, ਇਹ ਲਘੂ ਕਾਰਕ ਹੁੰਦੀਆਂ, ਇਹ ਇੱਕ ਆਕਸੀ ਕਾਰਕ ਹੁੰਦੀਆਂ। ਠੀਕ ਹੈ, ਮਰਕਰੀ ਨੂੰ ਛੱਡ ਕੇ ਬਾਕੀ ਸਾਰੀਆਂ ਧਾਤਾਂ ਠੋਸ ਹਨ। ਠੀਕ ਹੈ, ਧਾਤਾਂ ਠੋਸ, ਦਰਵ, ਗੈਸ ਰੂਪ ਸਾਰੀਆਂ ਰੂਪਾਂ 'ਚ ਮਿਲਦੀਆਂ, ਧਾਤਾਂ ਧਾਤਵੀਂ ਚਮਕ ਹੁੰਦੀਆਂ, ਇਹਨਾਂ ਦੀ ਧਾਤਾਂ ਦੀ ਨਹੀਂ ਹੁੰਦੀ। ਠੀਕ ਹੈ, ਸੋ ਬਿਜਲੀ ਚਾਲਕ ਹੁੰਦੀਆਂ, ਇਹ ਚਾਲਕ ਨਹੀਂ ਹੁੰਦੀਆਂ ਬਿਜਲੀ ਦੀਆਂ, ਇਹ ਕੁਟੀਨ ਯੋਗ ਖਚੀਨ ਯੋਗ ਹੁੰਦੀਆਂ, ਇਹ ਕੁਟੀਨ ਯੋਗ ਖਚੂਨ ਯੋਗ ਨਹੀਂ ਹੁੰਦੀਆਂ। ਠੀਕ ਹੈ, ਸੋ ਹੁਣ ਕਰਦੇ ਹਾਂ ਨੈਕਸਟ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ, ਆਪਣੇ ਕੋਲ ਸਟਿਗਮਾ, ਪ੍ਰਾ
ਪ੍ਰਾਗਰੋ, ਸਟਾਈਲ, ਫਿਲਾਮੈਂਟ, ਇਸਤਰੀ, ਇਹ ਸਾਰੇ ਤੁਸੀਂ ਪਾਰਟਸ ਦੇਖ ਲੈਣੇ ਆ ਫੁੱਲ ਦੇ। ਨੈਕਸਟ ਉਹਨਾਂ ਦੇ ਆਂਸਰ ਦੇ ਦੇਣੇ ਆ ਕਿ ਇਹ ਕਿਹੜਾ ਪਾਰਟ ਹੈ, ਇਹ ਕਿਹੜਾ ਪਾਰਟ ਆ, ਠੀਕ ਹੈ। ਚਾਰ ਪਾਰਟ ਨੇ ਹਰੀ ਪੱਤੀਆਂ, ਫਿਲ ਨੂੰ ਫੁੱਲ ਨੂੰ ਖਿੜਨ ਤੋਂ ਬਾਅਦ ਬੱਡ ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ, ਠੀਕ ਹੈ। ਰੰਗਦਾਰ ਪੱਤੀਆਂ ਦਾ ਕੀ ਕੰਮ ਹੁੰਦਾ ਹੈ ਵਗੈਰਾ ਵਗੈਰਾ। ਇਸਤਰੀ ਕੇਸਰ ਅਤੇ ਪੁਰੰਕੇਸ਼ਰ, ਠੀਕ ਹੈ, ਮੇਲ ਪਾਰਟ ਜਿਹੜਾ ਹੁੰਦਾ ਵਾ। ਅਤੇ ਹੁਣ ਕਰਦੇ ਹਾਂ ਨੈਕਸਟ, ਅਤੇ ਇੱਥੇ ਹੀ ਹੁੰਦਾ ਜੀ ਆਪਣਾ ਆਹ ਵਾਲਾ ਪੇਪਰ ਖਤਮ ਹੋਣ, ਕਰਦੇ ਹਾਂ ਨੈਕਸਟ ਵਾਲਾ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ 2016 ਦਾ, ਬਟ ਇਹ ਥੋੜ੍ਹਾ ਇੰਗਲਿਸ਼ ਮੀਡੀਅਮ 'ਚ ਆ, ਠੀਕ ਹੈ। ਸੋ ਆਪਾਂ ਦੇਖ ਲੈਂਦੇ ਹਾਂ ਜੀ ਇਹ 'ਚ ਮੇਨ ਮੇਨ ਪੁਆਇੰਟ, ਠੀਕ ਹੈ। ਸੋ ਠੀਕ ਹੈ, ਸੋ ਇਹ 'ਚ ਤੁਹਾਨੂੰ ਸ਼ੁਰੂ ਇਹ 2016 ਦਾ, ਇਸ ਕਰਕੇ ਸਾਨੂੰ ਐਨ ਏ ਐਮ ਸੀ ਕਿਊ ਨਹੀਂ ਦੇਖਣ ਨੂੰ ਮਿਲਣਗੇ। ਸੋ ਇਹ ਇਸਰੋ ਦੀ ਫੁੱਲ ਫੋਰਮ ਪੁੱਛੀ ਗਈ ਹੈ, ਇਹਦੇ ਵਿੱਚ ਮੈਂ ਤੁਹਾਨੂੰ ਮੇਨ ਮੇਨ ਦੱਸਦਾ ਕੀ ਆਪਣੇ ਕੋਈ 'ਚ ਇੰਪੋਰਟੈਂਟ ਹੈ। ਸੋ ਇਹ ਹੈਗਾ ਜੀ ਮਾਇਓਪਿਆ, ਠੀਕ ਹੈ। ਅੱਖਾਂ ਦੀ ਜਿਹੜੀ ਉਹ ਰੋਸ਼ਨੀ ਕਾ ਮਤਲਬ ਆਪਣੀ ਜਿਹੜੀ ਹੁੰਦੀ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਆ, ਉਹ ਵਾਲਾ ਵਾ ਦੂਰ ਦ੍ਰਿਸ਼ਟੀ ਦੋਸ਼, ਠੀਕ ਹੈ। ਫਿਰ ਉਸ ਤੋਂ ਬਾਅਦ ਹੈਗਾ ਜੀ ਓਹਮ ਦਾ ਲੋ, ਠੀਕ ਹੈ, ਉਹਨੂੰ ਐਕਸਪਲੇਨ ਕਰਨਾ, 5 ਨੰਬਰ ਮਿਲਣਗੇ, ਠੀਕ ਹੈ। ਸੋ ਉਸ ਤੋਂ ਬਾਅਦ ਆ ਜੂਗਾ ਜੀ ਆਪਣੇ ਕੋਲ ਇਹਦੇ 'ਚ ਹੀ ਹਾਈਡਰੋਜਨ, ਇਹ 'ਚ ਹੈ ਨਹੀਂ ਹੈ ਇੰਨਾ, ਠੀਕ ਹੈ, ਸਿਸਟਮ ਪੜ੍ਹਨ ਵਾਲਾ। ਸੋ ਉਸ ਤੋਂ ਬਾਅਦ ਆ ਜੂਗਾ ਜੀ ਆਪਣੇ ਕੋਲ 2017 ਦਾ ਪੇਪਰ, ਜੋ ਕਿ ਇਹ ਵੀ 50 ਨੰਬਰ ਆਉਂਦਾ ਹੈ। ਅਤੇ ਉੱਤਰ ਲੈਂਸ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਲਿਖੋ, ਠੀਕ ਹੈ। ਪਹਿਲਾਂ ਤਾਂ ਇਹ ਆ ਬਿਜਲੀ ਸੈੱਲ ਅਤੇ ਬਿਨਾਂ ਜੋੜ ਤੋਂ ਤਾਰ ਕ੍ਰਾਸਿੰਗ ਲਈ ਸੰਕੇਤ ਲਿਖੋ। ਸਾਰੇ ਤੇਜ਼ਾਂ ਵਿੱਚ ਸਾਰੇ ਖਾਰਾਂ ਵਿੱਚ ਕੀ ਸਾਂਝਾ ਹੁੰਦਾ ਹੈ, ਕੁਟੀਨ ਯੁੱਗ ਦੀ ਪਰਿਭਾਸ਼ਾ ਦੇ ਜਿਹੜੇ ਕੁੱਟੇ ਜਾਂਦੇ ਆ, ਠੀਕ ਹੈ, ਸੋ ਵਗੈਰਾ। ਸੋ ਉਸ ਤੋਂ ਬਾਅਦ ਆ ਜੂਗੀ ਪਥਰਾਟ ਕੀ ਹੁੰਦੇ ਆ ਜੀ, ਜੈਵ ਅਵਘਟਨਸ਼ੀਲ, ਇਹ ਸਾਰੇ ਤੁਸੀਂ ਚੈੱਕਆਊਟ ਕਰ ਲਿਓ। ਸੋਡੀਅਮ ਨੂੰ ਕੈਰੋਸਿਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਵਾ, ਠੀਕ ਹੈ। ਸੋ ਅਤੇ ਨੈਕਸਟ ਦੇਖੀ ਚਲੋ, ਦੰਦਾਂ ਦਾ ਸੜਨ ਵਿੱਚ ਕੀ ਹੁੰਦਾ ਹੈ, ਠੀਕ ਹੈ, ਓਜ਼ੋਨ ਪਰਤ ਦੀ ਹਾਨੀ, ਇਹ ਵਗੈਰਾ ਦੇਖ ਲਿਓ। ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ, ਠੀਕ ਹੈ, ਇਹਦਾ ਚਿੱਤਰ ਵੀ ਬਣਾਉਣਾ ਵਾ। ਅਤੇ ਪਲਾਸਟਰ ਆਫ ਪੈਰਿਸ ਦੀ ਰਸਾਇਣਿਕ ਸੂਤਰ ਦਾ ਲਾਭ ਲਿਖੋ, ਠੀਕ ਹੈ। ਮਨੁੱਖੀ ਦਿਲ ਦੀ ਅੰਦਰੂਨੀ ਰਚਨਾ ਦਰਸਾਓ, ਠੀਕ ਹੈ। ਅੱਖ ਦੇ ਨਿਕਟ ਦ੍ਰਿਸ਼ ਦੀ ਦੋਸ਼ ਦੀ ਕਾਰਨ ਕੀ ਹੈ, ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ, ਠੀਕ ਹੈ, ਇਹ ਤੁਸੀਂ ਦੇਖ ਲਿਓ, ਠੀਕ ਹੈ। ਜਿਵੇਂ ਤੁਸੀਂ ਸਾਰਾ ਕੁਛ ਦੇਖ ਸਕਦੇ ਹੋ, ਅਤੇ ਨੀਚੇ ਕਰ ਦਿੰਦੇ ਹਾਂ ਆਪਾਂ। ਅਤੇ ਨੈਕਸਟ ਆਪਾਂ ਦੇਖਦੇ ਹਾਂ, ਨੈਕਸਟ ਹੈਗਾ ਜੀ ਚੰਗੇ ਬਾਲਣ ਦੇ ਗੁਣ ਲਿਖੋ, ਇਹ ਤੁਹਾਨੂੰ ਚੈਪਟਰ ਹੀ ਨਹੀਂ ਹੈਗਾ ਹੁਣ। ਅਤੇ ਤੇਜ਼ਾਬ ਕੀ ਹੁੰਦਾ, ਤੇਜ਼ਾਬ ਦੇ 4 ਗੁਣਾਂ ਦੀ ਵਿਆਖਿਆ, ਜੇ ਹੈਗਾ ਕੁਸ਼ਚਨ ਤੁਹਾਨੂੰ। ਲੜਕੇ ਅਤੇ ਲੜਕੀਆਂ ਵਿੱਚ ਸੌਰਵਤਾ ਵਿੱਚ ਆਉਣ ਵਾਲੇ ਪਰਿਵਰਤਨ, ਜਿਵੇਂ ਉਹਨੂੰ ਪਿਊਬਰਟੀ ਵਗੈਰਾ ਵੀ ਕਹਿ ਦਿੰਦੇ ਹਾਂ, ਇੰਪੋਰਟੈਂਟ ਪੇਪ ਹੈਗਾ ਜੀ। ਅਤੇ ਹੁਣ ਦੇਖਦੇ ਹਾਂ ਜੀ ਆਪਾਂ ਨੈਕਸਟ, ਨੈਕਸਟ ਹੈਗਾ ਜੀ ਆਪਣੇ ਕੋਲ 2000, ਇਹ ਹੋ ਗਿਆ ਜੀ 16 ਦਾ ਹੋ ਗਿਆ, 17 ਦਾ ਹੋ ਗਿਆ, 18 ਦਾ ਹੋਊਗਾ ਆਪਣਾ ਪੇਪਰ। ਸੋ ਚਲੋ ਦੇਖਦੇ ਹਾਂ। ਸੋ ਅਤੇ ਇਹ ਕਿਹੜੀ ਯੰਤਰ ਆ, ਠੀਕ ਹੈ, ਇਹਨੂੰ ਕਿਉਂ ਤਿਆਰ ਕੀਤਾ ਗਿਆ, ਇਹ ਜੇ ਤੁਹਾਨੂੰ ਹੈਗਾ ਤਾਂ ਦੇਖ ਲਿਓ। ਅਤੇ ਉਸ ਤੋਂ ਬਾਅਦ ਆ ਜੂਗਾ ਜੀ ਆਹ, ਅਤੇ ਆਹ ਕਿਹੜੀ ਕਿਰਿਆ ਹੈਗੀ ਹੈ ਜੀ ਆਪਣੇ ਕੋਲ, ਇਹ ਹੈਗੀ ਹੈ ਜੀ ਆਪਣੇ ਕੋਲ ਵਿਸਥਾਪਨ ਕਿਰਿਆ। ਨੈਕਸਟ ਦੇਖ ਲੈਂਦੇ ਹਾਂ, ਅਸੀਂ ਲੋਹੇ ਦੀਆਂ ਵਸਤਾਂ ਨੂੰ ਵੇਟ ਕਿਉਂ ਕਰਦੇ ਹਾਂ, ਠੀਕ ਹੈ, ਜੰਗ ਲੱਗਣ ਤੋਂ ਬਚਾਉਣ ਲਈ, ਠੀਕ ਹੈ। ਇਹ ਸਾਹਮਣੇ ਕਿਰਿਆ ਚਿੱਤਰ ਵਿੱਚ ਊੜਾ ਅਤੇ ਉੜੀੜ ਦਾ ਲਿੰਗ ਦੱਸੋ, ਊੜੇ ਦਾ ਐਕਸ ਐਕਸ, ਇਹਦਾ ਹੈਗਾ ਇਸਤਰੀ, ਠੀਕ ਹੈ, ਅਤੇ ਇਹ ਹੈਗਾ ਜੀ ਮਰਦ। ਅਤੇ ਹੁਣ ਕਰਦੇ ਹਾਂ ਜੀ ਨੈਕਸਟ, ਨੈਕਸਟ ਹੈਗਾ ਜੀ ਆਪਣੇ ਕੋਲ ਧੋਣ ਵਾਲੇ ਸੋਡੇ ਦੇ 2 ਉਪਯੋਗ, ਠੀਕ ਹੈ। ਤੁਹਾਨੂੰ ਜਿਵੇਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਪਿਛਲੇ ਪੇਪਰ 'ਚ ਆਇਆ ਸੀਗਾ, ਠੀਕ ਹੈ। ਸੋ ਸਾਹਮਣੇ ਵਿੱਚ ਦਿੱਤੇ ਚਿੱਤਰ 1 ਅਤੇ 2 ਦੇ ਵਿੱਚ ਦੱਸੋ, ਠੀਕ ਹੈ। ਤੁਹਾਨੂੰ ਪਹਿਲੇ ਚੈਪਟਰ 'ਚ ਹੀ ਆ ਦੇਖ ਲਿਓ, ਬੁੱਕ ਖੋਲ੍ਹ ਕੇ ਭਾਵੇਂ, ਠੀਕ ਹੈ, ਪਹਿਲੇ ਅਤੇ ਦੂਸਰਾ, ਠੀਕ ਹੈ, ਅਤੇ ਇਹ ਚੈੱਕਆਊਟ ਕਰ ਲਿਓ। ਪ੍ਰੋਪੇਨ ਦਾ ਅਣੂ ਸੂਤਰ ਵਗੈਰਾ ਵਗੈਰਾ। ਅਤੇ ਸਵੈਪੋਸ਼ੀ ਪੋਸ਼ਣ ਕੀ ਹੁੰਦਾ, ਇੱਕ ਉਦਾਹਰਨ ਦਿਓ। ਆਇਓਡੀਨ ਲੁਕਤ ਦੇ ਨਿਊ ਲੂਣ ਨੂੰ ਸਲਾਹ ਕਿਉਂ ਦਿੱਤੀ ਜਾਂਦੀ ਆ, ਠੀਕ ਹੈ, ਵਗੈਰਾ। ਅਤੇ ਫਿਰ ਆਹ ਹੈਗਾ ਜੀ ਆਪਣੇ ਕੋਲ ਪਤਾਲੂ, ਠੀਕ ਹੈ। ਨੈਕਸਟ ਦੇਖਦੇ ਹਾਂ, ਜਿਵੇਂ ਤੁਸੀਂ ਦੇਖ ਸਕਦੇ ਹੋ ਬਿਜਲੀ ਸਰਕਟ ਕਦੋਂ ਹੁੰਦਾ, ਠੀਕ ਹੈ। ਸੋ ਇਹ ਦੇਖ ਲਿਓ,
ਅਤੇ ਉਸ ਤੋਂ ਬਾਅਦ ਆਪਣੇ ਕੋਲ ਦੋ ਸਮੀਕਰਨਾਂ ਹੈਗੀਆਂ ਅਤੇ ਮੈਂ ਤੁਹਾਨੂੰ ਸਾਰੇ ਇੰਪੋਰਟੈਂਟ ਕੁਸ਼ਚਨਸ ਵੀ ਦੱਸੂ, ਟੈਂਪਰੇਚਰ ਨਾ ਲਿਓ, ਮਨੁੱਖ ਵਿੱਚ ਪਰਿਆਵਰਣ ਪ੍ਰਣਾਲੀ ਦੇ ਕਿਹੜੇ ਘਟਕ ਹਨ, ਇਹਨਾਂ ਠੀਕ ਹੈ ਸਾਰੇ ਤੁਸੀਂ ਦੇਖ ਲਿਓ ਪਹਿਲਾਂ, ਠੀਕ ਹੈ। ਫਿਰ ਆ ਜੂਗੀ ਸੂਰਜ ਸਮੇਂ ਸਮੇਂ, ਸਾਨੂੰ ਸੂਰਜ ਕਿਉਂ ਲਾਲ ਪ੍ਰਤੀਤ ਕਿਉਂ ਹੁੰਦਾ ਹੈ, ਠੀਕ ਹੈ। ਹੇਠ ਦਿੱਤੇ ਵਿੱਚ ਨਿਯਮ ਦੱਸੋ, ਇਹ ਹੈਗਾ ਜੀ ਆਪਣੇ ਕੋਲ ਖੱਬੇ ਹੱਥ ਦਾ ਨਿਯਮ ਫਲੇਮਿੰਗ ਦਾ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਚੰਗੇ ਬਾਲਣ ਦੇ ਤਿੰਨ ਗੁਣ, ਇਹ ਨਹੀਂ ਹੈਗਾ ਹੁਣ ਤੁਹਾਨੂੰ ਓਜ਼ੋਨ ਕੀ ਹੈ, ਠੀਕ ਹੈ ਉਹ ਹੀ ਆ ਗਿਆ, ਇਹ ਵੀ ਤੁਹਾਨੂੰ ਕੁਸ਼ਚਨਸ ਨਹੀਂ ਹੈਗਾ ਆ ਵਾਲਾ। ਅਤੇ ਨੈਕਸਟ ਆ ਜੂਗਾ ਜੀ ਆਪਣੇ ਕੋਲ ਗਰਭ ਨਿਰੋਧਨ ਦੀਆਂ ਵੱਖ ਵੱਖ ਕਿਸਮਾਂ, ਅੰਕ ਚਿੱਤਰ ਸਹਾਇਤਾ ਨਾਲ ਮਨੁੱਖੀ ਨਰ ਜਨਨ ਪ੍ਰਣਾਲੀ ਦਾ ਸਿਸਟਮ ਬਣਾਓ, ਠੀਕ ਹੈ। ਸੋ ਹੁਣ ਦੇਖਦੇ ਹਾਂ ਨੈਕਸਟ, ਨੈਕਸਟ ਹੈਗਾ ਜੀ ਆਪਣੇ ਕੋਲ 2019 ਦਾ ਪੇਪਰ, ਠੀਕ ਹੈ, 18 ਦਾ ਪਤਾ ਨਹੀਂ, 19 ਦਾ। ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਕਹਿੰਦੇ ਹਨ, ਨੈਕਸਟ ਦੇਖਦੇ ਹਾਂ। ਹੇਠ ਦਿੱਤੇ ਚਿੱਤਰ ਵਿੱਚ ਦੱਸ ਦੇਣਾ ਵਾ ਇਹ ਕਿਹੜਾ ਵਾ, ਇਹ ਪਤਾ ਨਹੀਂ, ਇਹ ਮੇਰੇ ਹਿਸਾਬ ਨੂੰ ਸਮਝਾਤ ਹੋਊਗਾ, ਬਾਕੀ ਦੇਖ ਲਿਓ। ਅਤੇ ਆਹ ਜਿਹੜਾ ਹੈਗਾ ਇਹਦਾ ਦੱਸ ਦੇਣਾ। ਫਿਰ ਇਹ ਹੈਗੀ ਜੀ ਆਪਣੀ ਕੋ ਦੋਹਰਾ ਵਿਸਥਾਪਨ ਕਿਰਿਆ, ਠੀਕ ਹੈ। ਹੁਣ ਦੇਖਦੇ ਹਾਂ ਦੋ ਨਿਊਰੋਨਾਂ ਵਿਚਕਾਰ ਸਾਈਨੈਪਸ ਕੀ ਹੁੰਦਾ, ਠੀਕ ਹੈ, ਇਹ ਚੈੱਕਆਊਟ ਕਰ ਲਿਓ। ਅਤੇ ਨੈਕਸਟ ਆਜੂਗਾ ਜੀ ਆਪਣੇ ਕੋਲ ਹੇਠ ਦਿੱਤੇ ਚਿੱਤਰ ਵਿੱਚ ਇੱਕ ਦੋ ਨੂੰ ਅੰਕਿਤ ਕਰੋ, ਠੀਕ ਹੈ। ਇੱਕ ਤਾਂ ਹੋ ਗਿਆ, ਇਹਨੂੰ ਅੰਕਿਤ ਕਰ ਦਿਓ, ਦੂਸਰਾ ਆਹ ਵਾ ਇਹਨੂੰ ਅੰਕਿਤ ਕਰ ਦਿਓ। ਨੈਕਸਟ ਆ ਜੀ 2 ਮੀਟਰ ਫੋਕਸ ਦੂਰੀ ਵਾਲੇ ਅੰਤਰ ਲੈਂਸ ਦੀ ਸ਼ਕਤੀ ਦਾ ਪਤਾ ਕਰੋ, ਠੀਕ ਹੈ। ਅਤੇ ਚੁੰਬਕੀ ਖੇਤਰ ਰੇਖਾਵਾਂ ਦੇ ਗੁਣ ਦਾ ਦੱਸਣਾ ਵਾ, ਫਿਰ ਸਾਨੂੰ ਇਹ ਸਮੀਕਰਨ ਦਿੱਤੀ ਹੋਈ ਆ। ਅਤੇ ਉਸ ਤੋਂ ਬਾਅਦ ਆਜੂਗੀ ਜੀ ਇਹਦੇ 'ਤੇ ਤੁਸੀਂ ਦੇਖ ਸਕਦੇ ਹੋ, ਠੀਕ ਹੈ, ਕਿਹੜੇ ਕਿਹੜੇ ਇੰਪੋਰਟੈਂਟ ਮੈਂ ਤੁਹਾਨੂੰ ਦੱਸ ਦਿੰਦਾ। ਇਹ 'ਚ ਵੀ ਨਿਊਰੋਨ ਆ ਗਿਆ ਆਪਣੇ ਕੋਲ, ਠੀਕ ਹੈ, ਊਰਜਾ ਦੇ ਆਦਰਸ਼, ਇਹ ਤਾਂ ਤੁਹਾਨੂੰ ਹੈ ਹੀ ਨਹੀਂ, ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ। ਸੋ ਨੈਕਸਟ ਦੇਖਦੇ ਹਾਂ, ਨੈਕਸਟ ਦੇਖੀ ਚਲੋ, ਆਕਸੀ ਸਾਹ ਅਤੇ ਅਣਆਕਸੀ ਸਾਹ ਕਿਰਿਆ ਵਿੱਚ ਤਿੰਨ ਅੰਤਰ, ਇਹ ਵੀ ਤੁਹਾਨੂੰ ਹੈਗਾ, ਪਥਰਾਟ ਬਾਲਣ ਹੈਗਾ ਕਿ ਨਹੀਂ, ਨਹੀਂ ਪਤਾ। ਸੋ ਆਸਮਾਨ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਵਾ, ਇਹ ਵੀ ਤੁਹਾਨੂੰ ਹੈਗਾ ਵਾ। ਫੁੱਲ ਦੀ ਲੰਬਾਤਮਕ ਕਾਢ ਦਾ ਚਿੱਤਰ, ਫੁੱਲਾਂ ਦੇ ਵੱਖ ਵੱਖ ਫੁੱਲ ਵਾਲਾ ਅਤੇ ਕਿਸ਼ੋਰ ਅਵਸਥਾ ਵਾਲਾ ਲੜਕੀਆਂ 'ਚੋਂ, ਇਹ 'ਚੋਂ ਇੱਕ ਨਾ ਇੱਕ ਤੁਹਾਨੂੰ ਆਊਗਾ ਹੀ ਆਊਗਾ 5 ਨੰਬਰਾਂ 'ਚ। ਸੋ ਯਾਦ ਜ਼ਰੂਰ ਕਰ ਲਿਓ, ਕਿਸ਼ੋਰ ਅਵਸਥਾ ਵਾਲਾ ਜਾਂ ਫਿਰ ਫੁੱਲ ਦੀ ਲੰਬਾਤਮਕ ਕਾਢ ਵਾਲਾ, ਉਹਮ ਦਾ ਨਿਯਮ ਵੀ ਤੁਹਾਨੂੰ ਆ ਸਕਦਾ ਵਾ, ਚਾਂਸਿਸ ਹੈਗੇ ਆ, ਜਾਂ ਫਿਰ ਇਹਦੇ ਛੋਟੇ ਕੁਸ਼ਚਨਸ ਜਿਹੜੇ ਹੈਗੇ ਆ। ਤਾਤਾ ਅਤੇ ਤਾਂਤਾਂ ਵਿੱਚ 3 ਗੁਣ, ਇਹ ਹਰ ਸਾਲ ਆਉਂਦਾ ਵਾ, ਲਗਾਤਾਰ ਹੋ ਗਏ ਮੇਰੇ ਹਿਸਾਬ ਨਾਲ, ਇਹ ਵੀ ਆਊਗਾ ਜੀ ਤੁਹਾਨੂੰ, ਠੀਕ ਹੈ। ਸੋ ਇੱਥੇ ਹੁੰਦੇ ਆ ਜੀ ਆਪਣੇ ਕੋਲ ਸਾਰੇ ਪ੍ਰੀਵੀਅਸ ਈਅਰ ਕੁਸ਼ਚਨਸ ਖਤਮ। ਅਤੇ ਹੁਣ ਮੈਂ ਤੁਹਾਨੂੰ ਕਰਾਊਂਗਾ ਜੀ ਇੰਪੋਰਟੈਂਟ ਕੁਸ਼ਚਨਸ, ਹੁਣ ਤੁਹਾਨੂੰ ਮੈਂ ਦੱਸਦਾ ਜੀ ਮੋਸਟ ਇੰਪੋਰਟੈਂਟ ਕੁਸ਼ਚਨਸ। ਜਿਵੇਂ ਤੁਸੀਂ ਦੇਖਦੇ ਹੋ ਧਾਤਾਂ ਦੇ ਵਿੱਚ ਭੌਤਿਕ ਗੁਣ ਅਤੇ ਰਸਾਇਣਿਕ ਗੁਣ ਵਾਲਾ, ਚਲੋ ਇਹ ਤਾਂ ਮੈਂ ਤੁਹਾਨੂੰ ਕਹਿ ਦਿੰਦਾ ਆਊਗਾ ਹੀ ਆਊਗਾ। ਖੋਰਨ ਕੀ ਹੁੰਦਾ, ਇਸ ਨੂੰ ਕਿਵੇਂ ਰੋਕਿਆ ਜਾਵੇ, ਇਹ 5-5 ਨੰਬਰਾਂ ਵਾਲੇ ਕੁਸ਼ਚਨਸ ਨੇ। ਇਹ ਜੰਗ ਲੱਗਣ ਦੀਆਂ ਜ਼ਰੂਰੀ ਸ਼ਰਤਾਂ ਕੀ ਹਨ, ਪ੍ਰਯੋਗ ਰਾਹੀਂ ਸਿੱਧ ਕਰੋ, ਬਿਜਲੀ ਉਪਕਟਨ ਦੀ ਵਿਧੀ ਅਤੇ ਨੋਟ ਲਿਖੋ, ਠੀਕ ਹੈ। ਮਿਸ਼ਰਤ ਧਾਤਾਂ ਕੀ ਹਨ, ਮਿਸ਼ਰਤ ਧਾਤਾਂ ਨੂੰ ਬਣਾਉਣ ਦੀ ਕੀ ਉਪਦੇਸ਼ ਹਨ, ਠੀਕ ਹੈ। ਸੋ ਮੈਨੂੰ ਤਾਂ ਯਾਰ ਧਾਤਾਂ ਵਾਲਾ ਜ਼ਿਆਦਾ ਇੰਪੋਰਟੈਂਟ ਲੱਗਦਾ, ਠੀਕ ਹੈ, ਧਾਤਾਂ ਵਾਲੇ ਚੈਪਟਰ 'ਚੋਂ, ਠੀਕ ਹੈ, ਭੌਤਿਕ ਤੌਰ 'ਤੇ ਅਤੇ ਰਸਾਇਣਿਕ ਤੌਰ 'ਤੇ, ਉਹ ਵਾਲਾ ਮੈਨੂੰ ਜ਼ਿਆਦਾ ਇੰਪੋਰਟੈਂਟ ਲੱਗਦਾ। ਕਿਸੇ ਚਾਲਕ ਦੇ ਪ੍ਰਤੀਰੋਧ ਤੋਂ ਕੀ ਭਾਵ ਹੈ, ਇਸਦੇ ਕੀ ਅਰਕ ਕਿਹੜੇ ਨਿਰਭਰ ਹੋ ਸਕਦੇ ਆ, ਠੀਕ ਹੈ। ਆਇਨੀ ਯੋਗਿਕ ਕੀ ਹੁੰਦੇ ਆ, ਇਹਨਾਂ ਦੇ ਗੁਣ ਲਿਖੋ, ਠੀਕ ਹੈ। ਬਿਜਲੀ ਸਾਡੇ ਵਿੱਚ ਰੋਜ਼ਾਨਾ ਵਿੱਚ ਕੀ ਰੋਲ ਹੈ, ਠੀਕ ਹੈ। 5-5 ਨੰਬਰਾਂ ਵਾਲੇ ਸਾਰੇ ਕੁਸ਼ਚਨਸ ਨੇ, ਚੈੱਕਆਊਟ ਕਰੀ ਚੱਲੋ। ਬਿਜਲੀ ਘਰੇਲੂ ਸੰਕਟਾਂ ਵਿੱਚ ਇਹ 2 ਕੁਸ਼ਚਨਸ ਆ ਇਹਦੇ, ਠੀਕ ਹੈ, ਤੁਹਾਨੂੰ ਆਪਸ਼ਨਸ ਮਿਲ ਸਕਦੀ ਆ। ਓਮ ਦਾ ਨਿਯਮ ਕੀ ਆ, ਠੀਕ ਆ, ਓਮ ਦਾ ਨਿਯਮ ਆ ਜਾਂਦਾ ਜੀ 5 ਨੰਬਰਾਂ 'ਚ। ਸੋ ਸਾਰੇ ਤੁਸੀਂ ਦੇਖੀ ਚੱਲੋ ਬਸ, ਠੀਕ ਹੈ ਜੀ।
ਅਤੇ ਆਪਾਂ ਪਿਊਰਟੀ ਸਮੇਂ ਲੜਕੀਆਂ ਵਿੱਚ ਕੀ ਪਰਿਵਰਤਨ ਆਉਂਦੇ ਆ, ਠੀਕ ਹੈ, ਪੰਜ ਨੰਬਰਾਂ 'ਚ ਗਰਭ ਨਿਰੋਧਨ ਦੀਆਂ ਤਿੰਨ ਵਿਧੀਆਂ, ਵੱਖ ਵੱਖ ਵਿਧੀਆਂ, ਇਹ ਤੋਂ ਆਜੂਗਾ ਜੀ ਪੰਜ ਨੰਬਰਾਂ 'ਚ। ਫੁੱਲ ਦੀ ਲੰਪਾਟਮੈਂਟ ਕਾਰਡ ਦਾ ਚਿੱਤਰ ਬਣਾ ਕੇ ਦੱਸੋ ਜੀ, ਇਹ ਆਜੂ ਪੰਜ ਨੰਬਰਾਂ 'ਚ। ਮਾਦਾ ਪ੍ਰਜਨਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ ਜੀ, ਇਹ ਆਜੂ ਆਪਣੇ ਕੋਲ ਪੰਜ ਨੰਬਰ 'ਚ। ਨਰਜ ਪ੍ਰਣਾਲੀ ਦਾ ਚਿੱਤਰ ਬਣਾਓ, ਠੀਕ ਹੈ, ਇਹ ਵੀ ਆਪਣੇ ਕੋਲ ਆਜੂਗਾ ਜੀ ਪੰਜ ਨੰਬਰ 'ਚ, ਠੀਕ ਹੈ। ਸੋ ਇਹ ਆਪਣੇ ਉਹਨੂੰ ਨੈਕਸਟ ਦੇਖਦੇ ਹਾਂ ਜੀ, ਦੋ ਖੰਡਨ ਬਹੁ ਖੰਡਨ ਵਿੱਚ ਕਿਵੇਂ ਹੁੰਦਾ ਜੀ, ਇਹਦੇ ਵੀ ਪੰਜ ਨੰਬਰ। ਪੰਜ ਨੰਬਰ 'ਚ ਆਜੂ ਗਰਭ ਨਿਰੋਧਨ ਢੰਗ ਅਪਣਾਉਣ ਦੇ ਕੀ ਕਾਰਨ ਹੋ ਸਕਦੇ ਆ, ਲਿੰਗੀ ਅਤੇ ਲਿੰਗੀ ਪ੍ਰਜਨਨ ਵਿੱਚ ਕੀ ਅੰਤਰ ਆ, ਜਾਂ ਪਰਾਗਣ ਜਾਂ ਨਿਸ਼ੇਸ਼ਣ, ਫੁੱਲ ਅਤੇ ਨਰ ਅਤੇ ਮਾਦਾ ਜਨਨ ਦੇ ਅੰਗਾਂ ਦੇ ਲੇਵਲ ਦਾ ਚਿੱਤਰ ਬਣਾਓ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ। ਹਾਂਜੀ, ਫਿਰ ਉਸ ਤੋਂ ਬਾਅਦ ਆ ਜਾਵਾਂਗੇ ਜੀ ਆਪਣੇ ਤਿੰਨ ਨੰਬਰ ਵਾਲੇ ਕੁਐਸਚਨ, ਜਿਵੇਂ ਤੁਸੀਂ ਦੇਖ ਸਕਦੇ ਹੋ। ਸੋ ਚਲੋ ਛੱਡੋ, ਪਹਿਲਾਂ ਦੋ ਨੰਬਰ ਵਾਲੇ ਦੇਖ ਲਓ। ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਮਿਰਮਰ ਨੂੰ ਕਿਉਂ ਸਾਫ਼ ਕੀਤਾ ਜਾਂਦਾ, ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਦੋ ਨੰਬਰ ਵਾਲੇ ਲੋਹੇ ਦੀ ਵਸਤੂ ਨੂੰ ਅਸੀਂ ਪੇਂਟ ਕਿਉਂ ਕਰਦੇ ਹਾਂ, ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਾਲਾ ਪਿੱਤਲ ਅਤੇ ਤਾਂਬੇ ਦੀਆਂ ਬਰਤਨਾਂ ਵਿੱਚ ਕਿਉਂ ਨਹੀਂ ਰੱਖਣਾ ਚਾਹੀਦਾ, ਕਸ਼ੀਦਰ ਪਾਣੀ ਬਿਜਲੀ ਦਾ ਚਾਲਕ ਕਿਉਂ ਨਹੀਂ ਹੈ, ਜਦੋਂ ਇਹ ਸਾਰਾ ਦੇਖ ਲਿਓ। ਪਲਾਸਟਰ ਪੈਰਿਸ ਵਾਲਾ ਦੇਖ ਲਿਓ, ਸੋਡੀਅਮ ਨੂੰ ਕੋਲੀਸਨ ਵਿੱਚ ਕਿਉਂ ਡੁਬੋ ਕੇ ਰੱਖਿਆ ਜਾਂਦਾ, ਆਇਨੀ ਯੋਗਨ ਨੂੰ, ਇਹ ਸਾਰੇ ਤੁਸੀਂ ਚੈੱਕਆਊਟ ਕਰੀ ਚੱਲੋ। ਆਪਾਂ ਬਸ ਦਿਖਾਉਣ ਦਾ ਸਾਡਾ ਕੰਮ ਜੀ, ਅਤੇ ਦੋ ਨੰਬਰ 'ਚ ਇਹ ਆ ਜਾਣਗੇ ਜੀ ਤੁਹਾਡੀ ਸਕਰੀਨਾਂ ਦੇ ਉੱਤੇ, ਸਕਰੀਨਾਂ ਦੇ ਨਹੀਂ ਪੇਪਰਾਂ ਦੇ ਉੱਤੇ। ਅਤੇ ਚੱਕੀ ਚੱਲੋ, ਆਇਓਡੀਨ ਲੁੱਕ ਦੇ ਨਿਊ, ਠੀਕ ਹੈ, ਲੂਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਆਇਓਡੀਨ ਵਾਲੇ, ਠੀਕ ਹੈ। ਅਤੇ ਹੋਰ ਚੱਲੀ ਚੱਲੋ, ਅਵਤਲ ਲੈਂਸ ਦੇ ਉਪਯੋਗ, ਠੀਕ ਹੈ, ਵਾਹਨਾਂ 'ਤੇ ਉੱਤੇ ਪਹਿਲ ਕਦੋਂ ਦਿੱਤੀ ਜਾਂਦੀ ਆ, ਠੀਕ ਹੈ, ਉੱਤਲ ਲੈਂਸ ਦੇ ਉਪਯੋਗ, ਕਿਸੇ ਪਲਾੜ ਯਾਤਰੀ ਨੂੰ ਕਾਸ਼ ਨੀਲਾ ਕਿਉਂ ਦਿਖਾਈ ਦਿੰਦਾ, ਦੋ ਨੰਬਰਾਂ ਦੇ ਵਿੱਚ ਆਈ ਜਾਂਦੇ ਆ ਤੁਹਾਨੂੰ। ਬਿਜਲੀ ਮੋਟਰ ਦਾ ਸਿਧਾਂਤ ਕੀ ਆ, ਠੀਕ ਹੈ, ਬਿਜਲੀ ਮੋਟਰ ਵਿੱਚ ਸਪਲਿਟਰਿੰਗ ਦੀ ਕੀਮਤ ਤਾਂ, ਠੀਕ ਹੈ, ਇਹ ਤੁਹਾਨੂੰ ਆਪਸ਼ਨਸ 'ਚ ਆ ਜਾਂਦੀ ਹੁੰਦੀ ਆ 12ਵੇਂ ਚੈਪਟਰ ਦੀ 5 ਨੰਬਰ 'ਚ। ਸੋ ਦੋ ਦੋ ਨੰਬਰਾਂ ਦੀ ਤੁਹਾਨੂੰ ਇਹ 'ਚ ਬਿੱਲ ਦਿਖਾਏ ਹੋਏ ਆ। ਆਰੀ ਪੱਧਰ ਕੀ ਆ, ਠੀਕ ਹੈ, ਸੋ ਇੱਥੇ ਆ ਗਿਆ ਜੀ ਆਪਣੇ ਕੋਲ ਲਾਸਟ ਪੇਜ, ਅਤੇ ਹੁਣ ਕਰਦੇ ਹਾਂ ਜੀ ਆਪਾਂ ਤਿੰਨ ਨੰਬਰਾਂ ਵਾਲੇ। ਮੋਸਟ ਇੰਪੋਰਟੈਂਟ ਡਾਇਗ੍ਰਾਮਸ ਤੁਸੀਂ ਦੇਖ ਸਕਦੇ ਹੋ, ਇੱਕ ਅੱਧੀ ਤੁਹਾਨੂੰ ਡਾਇਗ੍ਰਾਮ ਦੇ ਦੇਣਗੇ ਇੱਕ ਦੋ ਨੰਬਰ ਦੀ, ਕਿ ਆਹ ਭਰੋ ਆਹ ਭਰੋ, ਇਹ ਚੈੱਕਆਊਟ ਜ਼ਰੂਰ ਕਰ ਲਿਓ ਸਾਰੀਆਂ ਡਾਇਗ੍ਰਾਮਾਂ, ਠੀਕ ਹੈ। ਸੋ ਇਹ ਵੀ ਤੁਹਾਨੂੰ ਆਪਾਂ ਡਾਇਗ੍ਰਾਮਾਂ ਵੀ ਕਰਾ ਦਿੰਦੇ ਹਾਂ। ਸੋ ਪੋਟੈਂਸ਼ੀਅਲ ਵਾਲਾ ਵੀ ਆਇਆ ਸੀ ਤੁਹਾਨੂੰ ਮੇਰੇ ਸਾਹਮਣੇ ਕਿਸੇ ਪੇਪਰ 'ਚ, ਸੋ ਇਹ ਸਾਰੇ ਤੁਸੀਂ ਦੇਖ ਲਿਓ, ਠੀਕ ਹੈ। ਇੰਪੋਰਟੈਂਟ ਡਾਇਗ੍ਰਾਮਸ ਤੁਸੀਂ ਜ਼ਰੂਰ ਚੈੱਕਆਊਟ ਕਰ ਲਿਓ, ਠੀਕ ਹੈ, ਤੁਹਾਨੂੰ ਇੱਕ ਅੱਧੀ ਡਾਇਗ੍ਰਾਮ ਆ ਸਕਦੀ ਆ। ਇਹ ਸਾਰਾ ਤੁਸੀਂ ਦੇਖੀ ਚਲੋ, ਠੀਕ ਹੈ। ਫਿਰ ਮਸੈਲ ਦਾ ਬਣਨਾ, ਠੀਕ ਹੈ, ਇਹ ਸਾਰਾ ਤੁਸੀਂ ਦੇਖੀ ਚਲੋ। ਆਹ ਦੇ ਇਹਨੂੰ ਕਹਿੰਦੇ ਜੀ ਕ੍ਰੀਪੋਲਾਸਟ, ਮੈਂ ਇਹੀ ਕਹਿਣ ਡਿਆ ਸੀ ਤੁਹਾਨੂੰ ਇਹਦਾ ਕੀ ਨਾਮ ਆ। ਫਿਰ ਉਸ ਤੋਂ ਬਾਅਦ ਨਿਊਕਲੀਅਸ, ਇਹ ਸਾਰਾ ਕੁਛ ਆਜੂਗਾ ਜੀ। ਫਿਰ ਆਹ ਦੇਖੋ ਅੰਦਰਲਾ ਪਾਚਨ ਸਿਸਟਮ, ਕਿੰਨੀਆਂ ਸਾਰੀਆਂ ਤੁਹਾਨੂੰ ਆ ਗਈਆਂ ਜੀ ਇਹਦੇ ਵਿੱਚ ਆਪਣੇ ਕੋ ਡਾਇਗ੍ਰਾਮਸ, ਠੀਕ ਹੈ। ਸੋ ਇੰਨੇ ਓਰੋਂ ਦੀ ਆ ਗਈ ਜੀ, ਦਿਮਾਗ ਦਾ ਆ ਗਿਆ ਜੀ, ਅਤੇ ਇੱਥੇ ਹੁੰਦਾ ਜੀ ਆਪਣੇ ਕੋਲ ਖਤਮ। ਸੋ ਤਿੰਨ ਨੰਬਰ ਵਾਲੇ 'ਚ ਦੇਖ ਸਕਦੇ ਓਜ਼ੋਨ ਦੀ ਪਰਤ ਦੀ ਹਾਨੀ ਦੀ ਚਿੰਤਾ, ਠੀਕ ਹੈ, ਸਾਰੇ ਦੇਖ ਲਿਓ। ਜੈਵਿਕ ਵਧਾਓ ਕੀ ਆ, ਠੀਕ ਹੈ, ਤੁਸੀਂ ਚੈੱਕਆਊਟ ਕਰ ਲਿਓ, ਠੀਕ ਹੈ। ਅਤੇ ਹੁਣ ਦੇਖਦੇ ਹਾਂ ਨੈਕਸਟ, ਹੋਣ ਵਾਲਾ ਆਂਸਰ ਦੇਖ ਲਓ ਜੀ, ਇਹ ਤਿੰਨ ਨੰਬਰਾਂ 'ਚ ਆ ਜਾਂਦਾ ਹੁੰਦਾ। ਫਲੇਮਿੰਗ ਦਾ ਖੱਬਾ ਹੱਥ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਇਹ ਦੇਖ ਲਓ ਆਰਾਮ ਨਾਲ ਇਹਦੇ ਵਿੱਚ ਵਧੀਆ ਦਿਸ ਰਿਹਾ ਵਾ। ਹੁਣ ਕਰਦੇ ਹਾਂ ਨੈਕਸਟ, ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਕਿਉਂ ਨਹੀਂ ਕੱਟਦੀ ਅਤੇ ਵਿਸ਼ੇਸ਼ਤਾਵਾਂ ਇਹਦੀਆਂ ਜ਼ਰੂਰ ਚੈੱਕਆਊਟ ਕਰ ਲਿਓ, ਠੀਕ ਹੈ। 11ਵਾਂ 12ਵਾਂ ਚੈਪਟਰ ਆ। ਸੂਰਜ ਚੜ੍ਹਨ ਸਮੇਂ ਲਾਲ ਕਿਉਂ ਪ੍ਰਤੀਤ ਦਿਖਾਈ ਦਿੰਦਾ ਵਾ, ਇਹ ਚੈੱਕਆਊਟ ਕਰ ਲਿਓ। ਅਤੇ ਵਿਆਖਿਆ ਕਰੋ ਕਿ ਗ੍ਰਹਿ ਕਿਉਂ ਨਹੀਂ ਟਿਮਟਮਾਉਂਦੇ, ਤਾਰੇ ਕਿਉਂ ਟਿਮਟਮਾਉਂਦੇ ਆ, ਇਹ ਤੁਸੀਂ ਚੈੱਕਆਊਟ ਕਰ ਲਿਓ, ਠੀਕ ਹੈ। 2 ਮੀਟਰ ਫੋਕਸ ਦੂਰੀ ਵਾਲੇ ਲੈਂਸ ਦੀ ਆਪਾਂ ਨੂੰ ਸ਼ਕਤੀ ਯਾਦ ਕਰਨੀ ਹੈ, ਵੀ ਇੰਪੋਰਟੈਂਟ ਹੈ। ਆਹ ਦੇਖ ਲਓ ਸਮਝਾਤ ਅਤੇ ਸਮਰੂਪ ਅੰਗਾਂ ਦੀ ਉਦਾਹਰਣ ਦੇਖ ਕੇ ਸਮਝਾਓ, ਠੀਕ ਹੈ। ਅਤੇ ਪਥਰਾਟ ਬਾਲਣ, ਮਨੁੱਖ ਅਤੇ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ, ਇਹ ਤੁਸੀਂ ਚੈੱਕਆਊਟ ਕਰ ਲਿਓ।
ਅਤੇ ਆਇਓਡੀਨ ਲੋਕਤਾਲਾ ਇਹ 'ਚ ਵੀ ਆਜੂਗਾ ਜੀ ਆਪਣੇ ਕੋਲ, 3 ਨੰਬਰ 'ਚ 2 ਨੰਬਰ 'ਚ ਵੀ ਆ ਸਕਦਾ, 3 ਨੰਬਰ 'ਚ ਵੀ ਆ ਸਕਦਾ। ਪੌਦਾ ਹਾਰਮੋਨ ਸਾਡੇ ਸਰੀਰ ਵਿੱਚ ਹਿਮੋਗਲੋਬਿਨ ਦੀ ਘਾਟ, ਇਹ ਵੀ ਇੰਪੋਰਟੈਂਟ ਹੈ ਜੀ। ਆਕਸੀ ਅਤੇ ਅਨਆਕਸੀ ਕਿਰਿਆ ਜੀ ਇੰਪੋਰਟੈਂਟ ਹੈ ਜੀ। ਸਵੈਪੋਸ਼ੀ ਅਤੇ ਪਰਪੋਸ਼ੀ ਵਿੱਚ ਅੰਤਰ, ਇਹ ਵੀ ਇੰਪੋਰਟੈਂਟ ਹੈ ਜੀ। ਸੋਡੀਅਮ ਨੂੰ ਕੈਰੋਸਿਨ ਵਿੱਚ ਕਿਉਂ ਡਬੋ ਕੇ ਰੱਖਿਆ ਜਾਂਦਾ ਵਾ, ਉਦਾਸੀ ਕਰਨ ਤੋਂ ਕੀ ਪਾਵਾ, ਠੀਕ ਹੈ, ਇਹ ਸਾਰਾ ਤੁਸੀਂ ਚੈੱਕਆਊਟ ਕਰ ਲਿਓ। ਕਸ਼ੀਦਤ ਪਾਣੀ ਵਿੱਚ ਪਾਣੀ ਦੀ ਚਾਲ ਕਿਉਂ ਨਹੀਂ ਹੁੰਦੀ ਦੇਖ ਲਿਓ। ਆਪਾਂ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦੇ ਉਲਟ ਕਿਉਂ ਕਿਹਾ ਜਾਂਦਾ, ਇਹ ਦੇਖ ਲਿਓ। ਅਤੇ ਦੋਸਤੋ ਇੱਥੇ ਹੀ ਆਪਣਾ ਸਾਰਾ ਪੇਪਰ ਕੰਪਲੀਟ ਹੁੰਦਾ ਸਾਰਾ, ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿੱਤਾ ਵਾ ਕਿਵੇਂ ਕਰਨਾ। ਤੁਹਾਨੂੰ ਸਭ ਤੋਂ ਪਹਿਲਾਂ 20 ਕੁਐਸਚਨ ਉਤਾਰ ਲੈਣੇ ਆ, ਜਿਹੜੇ ਤੁਹਾਨੂੰ 1-1 ਨੰਬਰ ਵਾਲੇ ਆ, ਫਿਰ ਉਹਦੇ ਆਂਸਰ ਲਿਖ ਦੇਣੇ ਆ, ਠੀਕ ਹੈ ਦੋਸਤੋ। ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ 2 ਨੰਬਰ ਵਾਲੇ ਕੁਐਸਚਨ ਆ ਜਾਣਗੇ, 11 ਹੋਣਗੇ, 11 ਕੁ ਜਿਹੜੇ ਮੈਂ ਤੁਹਾਨੂੰ ਪੈਟਰਨ ਦੱਸਿਆ, ਤੁਹਾਨੂੰ ਛੇਤੀ ਛੇਤੀ ਕਰ ਲੈਣੇ ਆ, ਇਹਦੇ ਵਿੱਚ ਤੁਹਾਨੂੰ ਟਾਈਮ ਘੱਟ ਹੋਊਗਾ। ਤੁਹਾਨੂੂੰ ਜਿਹੜੇ ਜਿਹੜੇ ਸਭ ਤੋਂ ਪਹਿਲਾਂ ਆ ਰਹੇ ਆ ਉਹ ਕੁਐਸਚਨ ਕਰ ਲੈਣੇ ਆ, ਅਤੇ ਫਿਰ ਉਸ ਤੋਂ ਬਾਅਦ 3 ਨੰਬਰ ਵਾਲੇ ਕੁਐਸਚਨ ਆ ਜਾਣਗੇ। 3 ਨੰਬਰ ਵਾਲੇ ਕੁਐਸਚਨ ਜਿਹੜੇ ਤੁਹਾਨੂੰ ਜਲਦੀ ਤੋਂ ਜਲਦੀ ਆ ਰਹੇ ਆ ਉਹ ਕਰ ਲਿਓ, ਠੀਕ ਹੈ। ਫਿਰ 5 ਨੰਬਰ ਵਾਲੇ ਕੁਐਸਚਨ ਆਉਣਗੇ ਜਿਹੜੇ ਤੁਹਾਨੂੰ ਆ ਰਹੇ ਆ ਉਹ ਕਰ ਲਿਓ। ਫਿਰ ਐਂਡ ਵਿੱਚ ਜਿਹੜੇ ਤੁਹਾਡੇ ਕੋਲ ਕੁਐਸਚਨ ਬਚੇ ਜੇ ਤੁਹਾਨੂੰ ਦਿਮਾਗ 'ਚ ਆ ਰਿਹਾ ਤਾਂ ਆਪਣੇ ਵੱਲੋਂ ਕਰ ਲਿਓ, ਨਹੀਂ ਤਾਂ ਤੁਹਾਨੂੰ ਮਾੜਾ ਮੋਟਾ ਹੈ ਨਾ ਸਮਝ ਰਹੇ ਹੋ ਅਤੇ ਲਿਖ ਦਿਓ ਜਿੱਦਾਂ ਮਰਜ਼ੀ, ਕਿਉਂਕਿ ਇਹਦੇ ਵਿੱਚ ਤੁਹਾਨੂੰ ਕੋਈ 5 ਨੰਬਰ ਨਹੀਂ ਹੈਗੇ ਰਾਈਟਿੰਗ ਦੇ। ਅਤੇ ਕਰਦੇ ਹਾਂ ਜੀ ਇੱਥੇ ਵੀਡੀਓ ਖਤਮ, ਤੁਹਾਨੂੰ ਇੰਪੋਰਟੈਂਟ ਕੁਐਸਚਨ ਦੱਸਦੇ ਆ, ਪ੍ਰੀਵੀਅਸ ਈਅਰ ਕੁਐਸਚਨ ਦੇ ਇੰਪੋਰਟੈਂਟ ਕੁਐਸਚਨ ਦੱਸਦੇ ਆ ਜਿਹੜੇ ਆਏ ਹੋਏ ਸੀਗੇ। ਸੋ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਬਸ, ਹੋਰ ਕੁਛ ਨਹੀਂ ਭਾਲਦੇ ਤੁਹਾਡੇ ਤੋਂ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, 11ਵੀਂ 'ਚ ਤੁਹਾਨੂੰ ਮਿਲਾਂਗੇ। ਚਲੋ ਦੋਸਤੋ ਚੰਗਾ, ਬਾਏ।